ਚਰਚਾ ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਸੁਨਾਮ ਦੇ ਲਾਗੇ ਪਿੰਡ ਹੈ ਖੇਤਲਾ, ਉਹ ਪੈਂਦਾ ਹੈ ਸੰਗਰੂਰ ਚੋਣ ਹਲਕੇ ਦੇ ਵਿੱਚ, ਲੋਕ ਸਭਾ ਹਲਕਾ ਸੰਗਰੂਰ ਦੇ ਵਿੱਚ। ਉੱਥੇ ਖਹਿਰਾ ਸਾਹਿਬ ਨੂੰ ਕਿਸੇ ਨੇ ਪੁੱਛ ਲਿਆ ਨੌਕਰੀਆਂ ਬਾਰੇ। ਉਹ ਕਹਿੰਦੇ ਤੁਸੀਂ ਪੁੱਛੋ ਮਾਨ ਸਾਹਿਬ ਨੂੰ ਵੀ, ਕਹੀ ਜਾਂਦੇ ਨੇ 40,000 ਨੌਕਰੀਆਂ ਮਿਲੀਆਂ ਨੇ, ਪਰ ਦੱਸੋ ਤੁਹਾਡੇ ਚੋਂ ਕਿਸੇ ਨੂੰ ਮਿਲੀ ਹੈ ਸਰਕਾਰੀ ਨੌਕਰੀ। ਇੱਥੋਂ ਗੱਲ ਚੱਲੀ ਤੇ ਮਾਨ ਖਹਿਰਾ ਸਾਹਿਬ ਨੇ ਮਾਨ ਸਾਹਿਬ ਨੂੰ ਤਾਂ ਕੀ ਪੁੱਛਣਾ ਸੀ, ਆਪ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਤੇ ਉਹ ਤੇ ਵਿਵਾਦ ਛਿੜ ਗਿਆ। ਆਪ ਕਹਿੰਦੇ ਦੇਖੋ ਬਾਹਰਲੇ ਬੰਦੇ ਨੌਕਰੀਆਂ ਲੈ ਜਾਂਦੇ ਨੇ। ਇਹ ਬਾਹਰਲੇ ਬੰਦਿਆਂ ਦੀ ਗੱਲ ਜਦੋਂ ਸ਼ੁਰੂ ਹੋਈ ਤੇ ਫਿਰ ਉਹਨਾਂ ਨੇ ਬਾਹਰਲੇ ਬੰਦਿਆਂ ਤੇ ਕਾਫੀ ਕੁਛ ਕਿਹਾ, ਕਹਿੰਦੇ ਇਹ ਲੋਕ ਪੰਜਾਬ ਤੇ ਕਬਜ਼ਾ ਕਰ ਲੈਣਗੇ, ਪੰਜਾਬੀਅਤ ਨੂੰ ਖਤਮ ਕਰ ਦੇਣਗੇ, ਪੰਜਾਬ ਪੰਜਾਬੀਆਂ ਦਾ ਹੈ ਪਰ ਇਹ ਗੈਰ ਪੰਜਾਬੀ ਇੱਥੇ ਕੀ ਕਰਦੇ ਨੇ, ਇੱਥੇ ਜ਼ਮੀਨਾਂ ਖਰੀਦਦੇ ਨੇ, ਇੱਥੇ ਇਹਨਾਂ ਨੂੰ ਵੋਟ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਇਹਨਾਂ ਨੂੰ ਪੰਜਾਬ ਚ ਨੌਕਰੀ ਮਿਲਣੀ ਚਾਹੀਦੀ ਹੈ, ਨਾ ਹੀ ਇਹਨਾਂ ਨੂੰ ਘਰ ਬਣਾਉਣ ਦੇਣੇ ਚਾਹੀਦੇ ਨੇ ਇੱਥੇ, ਇਹ ਉਹਨਾਂ ਦਾ ਬਿਆਨ ਹੈ। ਉਹ ਕਹਿੰਦੇ ਗੈਰ ਪੰਜਾਬੀ ਜਿਹੜੇ ਨੇ ਜਦੋਂ ਜ਼ਮੀਨ ਜਾਇਦਾਦ ਇੱਥੇ ਖਰੀਦਦੇ ਨੇ, ਉਹਨਾਂ ਨੂੰ ਕਾਨੂੰਨ ਬਣਾਉਣਾ ਚਾਹੀਦਾ ਉਹਨਾਂ ਦੇ ਲਈ। ਮੈਂ ਕੋਸ਼ਿਸ਼ ਵੀ ਕੀਤੀ ਹੈ ਕਹਿੰਦੇ ਇਹਦੇ ਬਾਰੇ, ਜਿਵੇਂ ਹਿਮਾਚਲ ਦੇ ਵਿੱਚ ਹੈ, ਜਿਵੇਂ ਹੋਰ ਕਈ ਸਟੇਟਸ ਦੇ ਵਿੱਚ ਜਿਹਦਾ ਜ਼ਿਕਰ ਜੇ ਆਪਾਂ ਅੱਗੇ ਗੁਜਰਾਤ ਜਾਂ JNK ਦਾ ਹਵਾਲਾ, ਉੱਤਰਾਖੰਡ ਦਾ ਹਵਾਲਾ, ਇਹੋ ਜਿਹਾ ਕਹਿੰਦੇ ਨੇ। ਫਿਰ ਇੱਕ ਗੱਲ ਹੋਰ ਕਹੀ ਉਹਨਾਂ ਨੇ, ਜੇ ਉਹ ਗੱਲ ਮਾਨ ਸਾਹਿਬ ਜਾਂ ਕੋਈ ਪੰਥਕ ਪਾਰਟੀ ਦਾ ਲੀਡਰ ਕਹਿੰਦਾ ਤਾਂ ਕੋਈ ਏਡੀ ਗੱਲ ਨਹੀਂ ਸੀ। ਕਹਿੰਦੇ ਜੇ ਨਹੀਂ ਅਜਿਹਾ ਹੁੰਦਾ ਤਾਂ ਪੰਜਾਬ ਚ ਸਿੱਖਾਂ ਦੀ ਗਿਣਤੀ ਘੱਟ ਜੂ, ਇੱਥੇ ਪੱਗ ਵੀ ਨਜ਼ਰ ਨਹੀਂ ਆਉਣੀ ਕੋਈ। ਕਹਿੰਦੇ ਇਸ ਤਰ੍ਹਾਂ ਦੀ ਗੱਲ ਸੁਖਪਾਲ ਸਿੰਘ ਖਹਿਰਾ ਨੇ ਕਹੀ ਹੈ ਤੇ ਵਿਵਾਦ ਤਾਂ ਹੋਣਾ ਹੀ ਸੀ, ਹੋ ਗਿਆ ਤੇ ਕੀ ਫਿਰ ਵਿਵਾਦ ਹੋਇਆ? ਕੀ ਵਿਵਾਦ ਇਹ ਹੋਇਆ ਕਿ ਜਾਖੜ ਸਾਹਿਬ ਕਹਿੰਦੇ ਆਹ ਕੀ ਕਹਿਤਾ, ਪਹਿਲਾਂ ਚੰਨੀ ਸਾਹਿਬ ਨੇ ਵੀ ਇਹੀ ਕਿਹਾ ਸੀ ਵੀ ਭਈਆਂ ਨੂੰ ਕੱਢ ਦੋ, ਉਹਨਾਂ ਦਾ ਹਾਲ ਪੁੱਛਿਆ ਕੀ ਹੋਇਆ ਸੀ ਬਾਈ ਚ। ਤੇ ਭਗਵੰਤ ਮਾਨ ਸਾਹਿਬ ਨੂੰ ਜਦੋਂ ਇਹ ਗੱਲ ਪਤਾ ਲੱਗੀ, ਉਹਨਾਂ ਨੇ ਆਪਦਾ ਪੂਰਾ ਭਾਸ਼ਣ ਦਿੱਤਾ। ਉਹ ਕਹਿੰਦੇ ਅਸੀਂ ਤਾਂ ਲੰਗਰ ਛਕਾਉਣ ਵੇਲੇ ਵੀ ਨੀ ਪੁੱਛਦੇ ਤੁਸੀਂ ਕੌਣ ਹੋ, ਕਿੱਥੇ ਆਏ ਹੋ, ਇਹ ਤੁਸੀਂ ਜਿਹੜਾ ਹੈ ਇਹਨਾਂ ਤੋਂ ਬਿਨਾਂ ਤਾਂ ਸਾਡਾ ਕੰਮ ਹੀ ਨੀ ਚੱਲਦਾ, ਜਾਖੜ ਸਾਹਿਬ ਨੇ ਵੀ ਕਿਹਾ। ਤੇ ਵੈਸੇ ਵੀ ਇਹਨਾਂ ਦਿਨਾਂ ਚ ਤਾਂ ਲਾਈਨ ਲੱਗੀ ਹੁੰਦੀ ਹੈ ਰੇਲਵੇ ਸਟੇਸ਼ਨਾਂ ਤੇ, ਝੋਨਾ ਲਾਉਣਾ ਹੁੰਦਾ ਪ੍ਰਵਾਸੀਆਂ ਨੂੰ ਲੈਣ ਲਈ, ਤੇ ਯੂਪੀ ਤੇ ਬਿਹਾਰ ਦੇ ਮਜ਼ਦੂਰਾਂ ਬਾਰੇ ਇਹੋ ਜਿਹੀ ਗੱਲ ਕਿਉਂ ਕੀਤੀ? ਤੇ ਸਭ ਤੋਂ ਇੰਪੋਰਟੈਂਟ ਗੱਲ ਦੇਖੋ, ਜਾਖੜ ਸਾਹਿਬ ਨੇ ਜੋ ਕਹੀ ਜਾਂ ਜੋ ਭਗਵੰਤ ਮਾਨ ਨੇ ਕਹੀ, ਇਹ ਤਾਂ ਗੱਲ ਸਮਝ ਆਉਂਦੀ ਹੈ, ਲੇਕਿਨ ਰਾਜਾ ਵੜਿੰਗ ਨੇ ਜਿਹੜੀ ਗੱਲ ਕਹੀ, ਕਹਿੰਦੇ ਸੁਖਪਾਲ ਖਹਿਰਾ ਨੇ ਜੋ ਕਿਹਾ ਸਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ। ਇਹ ਉਹਨਾਂ ਦੇ ਆਪਦੇ ਵਿਚਾਰ ਹੋ ਸਕਦੇ ਨੇ, ਸਾਡੇ ਅਸੀਂ ਪਾਰਟੀ ਦਾ ਕੋਈ ਸਟੈਂਡ ਨਹੀਂ ਗੈਰ ਪੰਜਾਬੀਆਂ ਬਾਰੇ, ਤੇ ਇਹ ਗੱਲ ਉਹਨਾਂ ਨੇ ਕਹੀ। ਇਹ ਤਾਂ ਹੈ ਖਹਿਰਾ ਸਾਹਿਬ ਦੀ ਗੱਲ ਜਿਹਦੇ ਘਰੇ ਕਰਕੇ ਜਿਹੜਾ ਹੈ ਇਹ ਵਿਵਾਦ ਚੱਲ ਰਿਹਾ। ਮੈਂ ਦੇਖ ਰਿਹਾ ਸੀ ਸੁਖਪਾਲ ਸਿੰਘ ਖਹਿਰਾ ਦੀ ਆਲੋਚਨਾ ਹੋ ਰਹੀ ਹੈ, ਚਾਰੇ ਪਾਸੇ ਆਲੋਚਨਾ ਹੋ ਰਹੀ ਹੈ, ਤੇ ਵੜਿੰਗ ਸਾਹਿਬ ਨੂੰ ਡਰ ਆ ਕਿ ਲੁਧਿਆਣੇ ਪ੍ਰਵਾਸੀਆਂ ਦੀ ਵੋਟ ਹੀ ਬਹੁਤ ਹੈ ਤੇ ਮੇਰੀ ਵੋਟ ਨਾ ਕਟਾ ਦੇਣ, ਕਿਉਂਕਿ ਸਾਰੇ ਪਾਸੇ ਗੱਲ ਇਹ ਚੱਲ ਰਹੀ ਹੈ ਜੀ ਇਹ ਪ੍ਰਵਾਸੀਆਂ ਨੂੰ ਕੱਢਣ ਨੂੰ ਫਿਰਦੇ ਨੇ, ਮਾਨ ਸਾਹਿਬ ਵੀ, ਜਾਖੜ ਸਾਹਿਬ ਵੀ, ਹੋਰ ਬੰਦੇ ਵੀ। ਹਾਲਾਂਕਿ ਫਿਰ ਸਪਸ਼ਟੀਕਰਨ ਆ ਗਿਆ ਸੁਖਪਾਲ ਸਿੰਘ ਖਹਿਰੇ ਦਾ, ਮੈਂ ਤਾਂ ਕਹਿੰਦੇ ਇਹ ਕਿਹਾ ਜਿਵੇਂ ਹੋਰ ਰਾਜਾਂ ਨੇ ਹਿਮਾਚਲ ਤੇ ਹੋਰ ਰਾਜਾਂ ਨੇ ਕਾਨੂੰਨ ਬਣਾਇਆ, ਇਹ ਕਾਨੂੰਨ ਚਾਹੀਦਾ ਵੀ ਗੈਰ ਪੰਜਾਬੀ ਜਿਹੜੇ ਨੇ ਉਹ ਇੱਥੇ ਜ਼ਮੀਨ ਜਾਇਦਾਦ ਨਾ ਖਰੀਦ ਸਕਣ। ਵੈਸੇ
ਇਸ ਕਿਸਮ ਦਾ ਕਾਨੂੰਨ ਹੈਗਾ ਹੈ। ਗੁਜਰਾਤ ਚ ਨਾਨ ਐਗਰੀਕਲਚਰਲਿਸਟ ਜਿਹੜਾ ਨਹੀਂ ਖਰੀਦ ਸਕਦਾ, ਹਿਮਾਚਲ ਚ ਨਹੀਂ ਖਰੀਦ ਸਕਦੇ, ਉੱਥੋਂ ਦਾ ਜਿਹੜਾ ਐਕਟ ਹੈ ਟੈਨੈਂਸੀ ਐਂਡ ਲੈਂਡ ਰਿਫੋਰਮ ਐਕਟ, ਉਹਦੀ ਸੈਕਸ਼ਨ 118 ਉਹ ਕਹਿੰਦੀ ਹੈ ਕਿ ਤੁਹਾਨੂੰ ਬਹੁਤ ਜਿਹੜਾ ਹੈ ਫਾਰਮੈਲਿਟੀਜ਼ ਕਰਨੀਆਂ ਪੈਂਦੀਆਂ ਜੇ ਕਿਸੇ ਨੇ ਕੋਈ ਬਾਹਰਲੇ ਬੰਦੇ ਨੇ ਖਰੀਦਣੇ। ਇਹ ਗੱਲ ਤਾਂ ਹੈ, ਲੇਕਿਨ ਜਿਹੜੀ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਪਿਆਰੇ ਦਰਸ਼ਕੋ, ਉਹ ਇਹ ਹੈ ਕਿ ਬਿਲਕੁਲ ਐਸੀ ਗੱਲ ਜਿਹੜੀ ਹੈ ਉਹ ਲੈ ਕੇ ਆਏ ਨੇ ਚੋਣ ਮਨੋਰਥ ਪੱਤਰ ਚ ਸ਼੍ਰੋਮਣੀ ਅਕਾਲੀ ਦਲ ਵਾਲੇ। ਉਹਨਾਂ ਦਾ ਜਿਹੜਾ ਇਹ ਸੈਕਸ਼ਨ ਹੈ ਕਿ ਪੰਜਾਬੀਆਂ ਦੇ ਵਿਸ਼ੇਸ਼ਤਾ ਦੀ ਰਾਖੀ, ਉਹਦੇ ਚ ਉਹਨਾਂ ਨੇ ਕਿਹਾ ਕਿ ਪੰਜਾਬ ਤੇ ਪੰਜਾਬੀਆਂ ਦੇ ਹਿੱਤਾਂ ਨੂੰ ਲੱਗ ਰਿਹਾ ਪੂਰਾ, ਜਿਵੇਂ ਕਿਹਾ ਸਰਪਾਲ ਖਹਿਰੇ ਨੇ ਕਿ ਇਹ ਤਾਂ ਸਾਡਾ ਬੜਾ ਕੰਮ ਖਰਾਬ ਹੋ ਜਾਊ, ਉਹ ਵੀ ਇਹੀ ਕਹਿ ਰਹੇ ਨੇ ਪੰਜਾਬ ਚ ਨੌਕਰੀਆਂ ਸਿਰਫ ਪੰਜਾਬੀਆਂ ਨੂੰ ਦੇਵਾਂਗੇ। ਜਿਹੜੀ ਗੱਲ ਖਹਿਰਾ ਸਾਹਿਬ ਨੇ ਕਹੀ ਹੈ, ਉਹੀ ਸੁਖਬੀਰ ਸਿੰਘ ਬਾਦਲ ਜਾਂ ਚੋਣ ਮਨੋਰਥ ਪੱਤਰ ਅਕਾਲੀ ਦਲ ਦਾ ਕਹਿੰਦਾ, ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਦੀ ਲੁੱਟ ਖਸੁੱਟ ਰੋਕਣ ਲਈ ਕਾਨੂੰਨ ਬਣਾ ਕੇ ਲਾਜ਼ਮੀ ਕੀਤਾ ਜਾਵੇਗਾ ਕਿ ਕੋਈ ਬਾਹਰਲੇ ਸੂਬੇ ਦੇ ਲੋਕ ਪੰਜਾਬ ਚ ਖੇਤੀ ਵਾਹੀ ਯੋਗ ਜ਼ਮੀਨ ਨਾ ਖਰੀਦ ਸਕਣ। ਫਰਕ ਤਾਂ ਕੋਈ ਨਹੀਂ ਨਾ, ਲੇਕਿਨ ਗੱਲ ਇਹ ਚੱਲ ਰਹੀ ਹੈ। ਹੁਣ ਇਹਦੀ ਆਪਾਂ ਚਰਚਾ ਕਰਦੇ ਹਾਂ ਕਿ ਜਿਹੜੀ ਇਹ ਗੱਲ ਚੱਲ ਰਹੀ ਹੈ ਕਿ ਬਾਹਰਲੇ ਲੋਕ ਜਿਵੇਂ ਹਿਮਾਚਲ ਉੱਤਰਾਖੰਡ ਗੁਜਰਾਤ ਜੇ&ਕੇ ਕਰਦਾ, ਅਸੀਂ ਵੀ ਕਰੀਏ, ਕੀ ਸੱਚਮੁੱਚ ਇਹਨਾਂ ਤੋਂ ਖਤਰਾ ਹੈ? ਕੀ ਇਹ ਪੰਜਾਬ ਦੀ ਇਕਾਨਮੀ ਚ ਕੋਈ ਹਿੱਸਾ ਪਾ ਰਹੇ ਨੇ? ਬਹੁਤ ਵੱਡੇ ਸਵਾਲ ਨੇ, ਇਹ ਤੇ ਕਰਦੇ ਹਾਂ ਚਰਚਾ। ਤੇ ਚਰਚਾ ਕਰਨ ਲਈ ਸਾਡੇ ਨਾਲ ਜਿਹੜੇ ਮਹਿਮਾਨ ਸ਼ਾਮਲ ਨੇ, ਤੁਹਾਡਾ ਉਹਨਾਂ ਨਾਲ ਤਾਰਫ ਭਰਾਵਾਂ, ਸਾਡੇ ਨਾਲ ਸਤਪਾਲ ਸਿੰਘ ਸਿੱਧੂ ਸਾਹਿਬ ਸ਼ਾਮਲ ਨੇ ਮਾਹਰ ਦੇ ਤੌਰ ਤੇ, ਨਿਰਪੱਖ ਟਿੱਪਣੀਕਾਰ ਦੇ ਤੌਰ ਤੇ, ਤੇ ਸਾਡੇ ਨਾਲ ਸ਼ਾਮਲ ਨੇ RPS ਮਲਹੋਤਰਾ ਸਾਹਿਬ, ਆਮ ਆਦਮੀ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਨੇ, ਐਡਵੋਕੇਟ ਰਾਕੇਸ਼ ਨਾਰੰਗ ਸਾਹਿਬ ਭਾਰਤੀ ਜਨਤਾ ਪਾਰਟੀ ਵੱਲੋਂ ਨੇ, ਔਰ ਸਾਡੇ ਨਾਲ ਐਡਵੋਕੇਟ KS ਮਠਾਰੂ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ। ਵਿਨੋਦ ਭਾਰਤੀ ਕਾਂਗਰਸ ਦੀ ਨੁਮਾਇੰਦਗੀ ਕਰ ਰਹੇ ਨੇ। ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ। ਮੈਂ ਗੱਲ ਤਾਂ ਕਰਨੀ ਸੀ ਪਿਆਰੇ ਦਰਸ਼ਕ ਸ਼ੁਰੂ ਖਹਿਰਾ ਸਾਹਿਬ ਦੀ ਪਾਰਟੀ ਤੋਂ, ਜਿਹੜੀ ਵਿਨੋਦ ਭਾਰਤੀ ਹੋਰਾਂ ਦੀ ਪਾਰਟੀ ਹੈ ਜਿਹਨਾਂ ਦੀ ਨੁਮਾਇੰਦਗੀ ਅੱਜ ਵਿਨੋਦ ਭਾਰਤੀ ਚ ਕਰ ਰਹੇ ਨੇ, ਪਰ ਉਹਨਾਂ ਦਾ ਹਲੇ ਤੱਕ ਜਿਹੜਾ ਹੈ ਸਹੀ ਤਰੀਕੇ ਨਾਲ ਸਾਡੇ ਨਾਲ ਸੰਪਰਕ ਨਹੀਂ ਹੋ ਰਿਹਾ। ਤੇ ਇਸ ਕਰਕੇ ਜਿਹਨਾਂ ਨੇ ਚੋਣ ਮੈਨੀਫੈਸਟੋ ਚ ਗੱਲ ਕੀਤੀ ਹੈ ਉਹਨਾਂ ਤੋਂ ਸ਼ੁਰੂ ਕਰ ਲੈਣੇ। ਮਠਾਰੂ ਸਾਹਿਬ ਵਾਲੀਆ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਚੋਣ ਮਨੋਰਥ ਪੱਤਰ ਹੈ ਉਹਦੇ ਚ ਸਿਰਫ ਇਹ ਨਹੀਂ ਕਿ ਬਾਹਰਲੇ ਲੋਕ ਜਿਹੜੇ ਹੈਗੇ ਆ ਉਹ ਪੰਜਾਬ ਦੇ ਵਿੱਚ ਆ ਕੇ ਜ਼ਮੀਨ ਨਹੀਂ ਖਰੀਦ ਸਕਦੇ, ਐਗਰੀਕਲਚਰ ਲੈਂਡ ਜਿਹੜੀ ਹੈਗੀ ਉਹ ਨਹੀਂ ਖਰੀਦ ਸਕਦੇ। ਜਿਸ ਤਰ੍ਹਾਂ ਕਿ ਤੁਸੀਂ ਪਹਿਲਾਂ ਦੱਸਿਆ, ਇਹ ਜਿਹੜਾ ਕਾਨੂੰਨ ਹੈਗਾ ਇਹ ਗੁਜਰਾਤ ਦੇ ਵਿੱਚ ਵੀ ਹੈਗਾ, ਹਿਮਾਚਲ ਦੇ ਵਿੱਚ ਵੀ ਹੈਗਾ, ਮੇਰੀ ਸਮਝ ਤੋਂ ਅਗਰ ਕੋਈ ਹੇਰ ਫੇਰ ਨਾ ਹੋਵੇ ਤਾਂ ਰਾਜਸਥਾਨ ਦੇ ਵਿੱਚ ਵੀ ਹੈਗਾ। ਸਿੱਧੂ ਸਾਹਿਬ ਨੂੰ ਇਹਦੇ ਬਾਰੇ ਲੱਗਦਾ ਜ਼ਿਆਦਾ ਜਾਣਕਾਰੀ ਹੋਗੀ। ਰਾਜਸਥਾਨ ਦੇ ਵਿੱਚ ਇਹ ਹੈ ਕਿ ਜਦੋਂ ਤੱਕ ਤੁਸੀਂ ਇੰਨੇ ਸਾਲ ਇੱਥੇ ਰਹਿ ਕੇ ਤੁਸੀਂ ਉੱਥੋਂ ਦੀ ਨਾਗਰਿਕਤਾ ਨਹੀਂ ਲੈ ਲੈਂਦੇ ਤਾਂ ਉਦੋਂ ਤੱਕ ਤੁਸੀਂ ਜਿਹੜੀ ਹੈਗੀ ਆ ਉਹ ਜ਼ਮੀਨ ਨਹੀਂ ਖਰੀਦ ਸਕਦੇ। ਇਹ ਰਾਜਸਥਾਨ ਦੇ ਵਿੱਚ ਹੈਗਾ। ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਦੀ ਜ਼ਮੀਨ, ਜਿਵੇਂ ਕਿ ਪਿੱਛੇ ਜਿਹੜੇ 3 ਕਾਨੂੰਨ ਮੋਦੀ ਸਰਕਾਰ ਲੈ ਕੇ ਆਈ ਸੀ ਤੇ ਕਿਸਾਨਾਂ ਨੂੰ ਇਹ ਹੋ ਗਿਆ ਸੀ ਕਿ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਹੈਗੀਆਂ ਉਹ ਚਲੀਆਂ ਜਾਣਗੀਆਂ। ਜਦੋਂ ਕਾਨੂੰਨ ਬਣੇਗਾ, ਸ਼੍ਰੋਮਣੀ ਅਕਾਲੀ ਦਲ ਦਾ ਮਤਲਬ ਜਦੋਂ ਕਾਨੂੰਨ ਬਣੇਗਾ ਤਾਂ ਉਹ ਸਾਰੀਆਂ ਜਿਹੜੀਆਂ ਕੰਡੀਸ਼ਨਸ ਹੈਗੀਆਂ ਉਹ ਕਾਨੂੰਨ ਦੇ ਵਿੱਚ ਰੱਖੀਆਂ ਜਾਣਗੀਆਂ। ਇਹ ਨਹੀਂ ਹੈ ਕਿ ਆਪਾਂ ਕਿਸੇ ਨੂੰ ਪੰਜਾਬ ਦੇ ਵਿੱਚ ਆਉਣ ਤੋਂ ਰੋਕ ਰਹੇ ਹਾਂ ਜਾਂ ਪੰਜਾਬ ਦੇ, ਦੇਖੋ ਜਿਵੇਂ ਪੰਜਾਬ ਦੇ ਵਿੱਚ ਬਾਹਰੀ ਨੌਕਰੀਆਂ ਦੀ ਗੱਲ ਤੁਸੀਂ ਕੀਤੀ, ਪੰਜਾਬ ਦੇ ਵਿੱਚ ਜਿਹੜੇ ਪੰਜਾਬੀ ਹੈਗੀ ਹੈ ਉਹਨਾਂ ਨੂੰ ਨੌਕਰੀਆਂ ਦੇ ਵਿੱਚ ਪਹਿਲ ਮਿਲਣੀ ਚਾਹੀਦੀ ਹੈ। ਅਗਰ ਪੰਜਾਬੀਆਂ ਨੂੰ ਨੌਕਰੀ ਮਿਲ ਕੇ, ਪੰਜਾਬ ਦੇ ਜਿਹੜੇ ਬੇਰੁਜ਼ਗਾਰ ਹੈ ਉਹਨਾਂ ਨੂੰ ਨੌਕਰੀਆਂ ਮਿਲ ਕੇ
ਅਗਰ ਸਪੈਸੀਫਿਕ ਕੋਟਾ ਜਿਹੜਾ ਹੈਗਾ ਇੱਕ ਕੋਟਾ ਰੱਖਿਆ ਹੁੰਦਾ ਅਦਰ ਸਟੇਟ ਕੋਟਾ, ਉਹਦੇ ਵਿੱਚ ਅਗਰ ਕੋਈ ਆ ਕੇ ਆਪਣਾ ਅਪਲਾਈ ਕਰਦਾ ਕੋਈ ਨੌਕਰੀ ਮਿਲਦੀ ਹੈ ਤਾਂ ਇੱਕ ਅਲੈਦਾ ਇਸ਼ੂ ਹੈ। ਪਰੰਤੂ ਜੇ ਪੰਜਾਬ ਦੇ ਅਸੀਂ ਖੁੱਲਾ ਕਰ ਰੱਖਿਆ ਕਿ ਜੋ ਮਰਜ਼ੀ ਆਏ ਅਪਲਾਈ ਕਰੇ, ਉਸ ਗੱਲ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਗੱਲ ਕੀਤੀ ਹੈ, ਔਰ ਜਿੱਥੋਂ ਤੱਕ ਕਾਨੂੰਨ ਬਣਾਉਣ ਦੀ ਗੱਲ ਕੀਤੀ ਹੈ, ਲੈਂਡ ਖਰੀਦਣ ਦੀ ਗੱਲ ਕੀਤੀ ਹੈ, ਉਹ ਵੀ ਇਹੀ ਕੀਤੀ ਹੈ ਕਿ ਇਹ ਨਾ ਹੋਵੇ ਕਿ ਬੰਦਾ ਯੂਪੀ ਦਾ ਜਾਂ ਬਿਹਾਰ ਦਾ ਬਾਹਰੋਂ ਬੰਦਾ ਆਉਂਦਾ ਹੈ ਉਹਦੀ ਨਾ ਹੀ ਤਾਂ ਪੰਜਾਬ ਦੇ ਵਿੱਚ ਕੋਈ ਨਾਗਰਿਕਤਾ ਹੁੰਦੀ ਹੈ। ਜੋ ਸਰਪਾਲ ਸਿੰਘ ਖਹਿਰਾ ਕਹਿ ਰਿਹਾ ਹੈ ਤੁਹਾਡੇ ਮੁਤਾਬਕ ਬਿਲਕੁਲ ਠੀਕ ਹੀ ਕਹਿ ਰਿਹਾ, ਫਿਰ ਤਾਂ ਕੋਈ ਐਡੀ ਕੋਈ ਫਰਕ ਮੇਰੀ ਗੱਲ ਸੁਣੋ, ਤੁਸੀਂ ਸਾਡੀ ਸਾਡੇ ਸ਼ਬਦਾਂ ਨੂੰ ਸਰਪਾਲ ਖਹਿਰਾ ਦੇ ਸ਼ਬਦ ਨੂੰ ਸਾਡੇ ਸ਼ਬਦ ਨਾ ਬਣਾਓ। ਮੈਂ ਕਹਿਣ ਦਾ ਮਤਲਬ ਮੇਰਾ ਇਹ ਹੈ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਮਨੋਰਥ ਪੱਤਰ ਹੈ ਉਸਦੇ ਵਿੱਚ ਇਹ ਹੈ ਕਿ ਇਹ ਨਹੀਂ ਹੈ ਕਿ ਯੂਪੀ ਦਾ ਜਾਂ ਬਿਹਾਰ ਦਾ ਬੰਦਾ ਜਿਹਦੀ ਕੋਈ ਆਈਡੈਂਟੀਫਿਕੇਸ਼ਨ ਨਹੀਂ ਹੈ ਪੰਜਾਬ ਦੇ ਵਿੱਚ, ਜਿਹਦਾ ਕੋਈ ਆਧਾਰ ਕਾਰਡ ਪੰਜਾਬ ਦੇ ਕੋਈ ਐਡਰੈਸ ਨਹੀਂ ਹੈ ਪੰਜਾਬ ਦਾ, ਪੰਜਾਬ ਦੇ ਵਿੱਚ ਉਹਦੀ ਵੋਟ ਨਹੀਂ ਹੈ, ਉਹਦੀ ਕੋਈ ਰੈਜੀਡੈਂਸ ਨਹੀਂ ਹੈ, ਤਾਂ ਕੋਈ ਉਹ ਬੰਦੇ ਆ ਕੇ ਅਗਰ ਖਰੀਦਦੇ ਹੈ ਉਸ ਗੱਲ ਤੇ ਗੱਲ ਆਈ ਹੈ। ਬਾਕੀ ਜਦੋਂ ਕਾਨੂੰਨ ਬਣੇਗਾ ਉਹਦੇ ਵਿੱਚ ਕੰਡੀਸ਼ਨ ਹੋਣਗੀਆਂ, ਜਿਹਦਾ ਬੰਦਾ ਦੀ ਰਿਹਾਇਸ਼ ਹੈ ਚਾਹੇ ਬਾਹਰ ਦਾ ਜਿਹਦਾ ਵੋਟਰ ਕਾਰਡ ਬਣਿਆ ਹੋਇਆ ਉਸ ਤੇ ਗੱਲ। ਚਲੋ ਤੁਸੀਂ ਸਰਵਾਪਰੀ ਜਿਹੜੀ ਗੱਲ ਹੈ ਕਿਉਂਕਿ ਗੱਲ ਸ਼ੁਰੂ ਤੋਂ ਸੁਖਪਾਲ ਖਹਿਰਾ ਨੇ ਕੀਤੀ, ਨਾਰੰਗ ਸਾਹਿਬ ਉਹ ਤਾਂ ਇਹ ਵੀ ਕਹੀ ਜਾਂਦੇ ਨੇ ਕਿ ਨਾ ਵੋਟ ਦਾ ਅਧਿਕਾਰ ਨਾ ਜ਼ਮੀਨ ਜਾਇਦਾਦ ਦਾ ਅਧਿਕਾਰ, ਜਾਖੜ ਸਾਹਿਬ ਕਹਿੰਦੇ ਵੀ ਇਹ ਤੂੰ ਕੀ ਕਰ ਲਿਆ ਜਿਵੇਂ ਪਹਿਲਾਂ ਚਰਨਜੀਤ ਚੰਨੀ ਨੇ ਕਿਹਾ ਸੀ ਉਹੀ ਤੂੰ ਕਰ ਲਿਆ। ਇਹ ਜੋ ਕੁਛ ਸੁਖਪਾਲ ਸਿੰਘ ਖਹਿਰਾ ਦਾ ਸਪਸ਼ਟੀਕਰਨ ਹੈ ਕਿ ਜੀ ਮੈਂ ਤਾਂ ਸਿਰਫ ਕਾਨੂੰਨ ਬਣਾਉਣ ਦੀ ਗੱਲ ਕਰਦਾ ਤੇ ਜਿਹੜੇ ਗੈਰ ਪੰਜਾਬੀ ਨੇ ਜ਼ਮੀਨ ਜਾਇਦਾਦ ਨਾ ਖਰੀਦ ਸਕਣ, ਇਹਨੂੰ ਤੁਸੀਂ ਕਿਸ ਤੁਸੀਂ ਐਡਵੋਕੇਟ ਹੋ ਕਿਸ ਨਿਗਾਹ ਨਾਲ ਦੇਖਦੇ ਹੋ? ਦੇਖੋ ਵਾਲੀ ਸਾਹਿਬ ਇਸ ਤਰ੍ਹਾਂ ਵੀ ਇਹ ਇਹਨਾਂ ਸਾਰਿਆਂ ਦੀ ਸੋਚ ਆਪਾਂ ਨੂੰ ਪਤਾ ਲੱਗ ਜਾਂਦੀ ਹੈ ਵੀ ਕਾਂਗਰਸ ਦੀ ਸੋਚ ਕੀ ਆ। ਉਹਨੂੰ ਲੱਖ ਕਈ ਜਾਣ ਵੜਿੰਗ ਸਾਹਿਬ ਉਹਦੀ ਕਈ ਜਾਣ ਕਿ ਪਾਰਟੀ ਦਾ ਬਿਆਨ ਨਹੀਂ ਆ, ਪਰ ਹੈ ਇਹਨਾਂ ਸਾਰਿਆਂ ਦੀ ਆਈਡੀਓਲੋਜੀ ਆ ਕਿਉਂਕਿ ਕਾਂਗਰਸ ਦੇ ਖੂਨ ਦੇ ਵਿੱਚ ਆ। ਵੰਡੋ ਧਰਮ ਨੂੰ, ਧਰਮ ਦੇ ਨਾਂ ਤੇ ਸਟੇਟ ਦੇ ਨਾਂ ਤੇ ਵੰਡੋ ਤੇ ਰਾਜ ਕਰੋ, ਔਰ ਇਹ ਕੋਈ ਨਵੀਂ ਗੱਲ ਨਹੀਂ ਆ। ਹੁਣ ਇਹਦੇ ਮਹਾਰਾਸ਼ਟਰ ਦੇ ਵਿੱਚ ਜਿਹੜੇ ਇਹਨਾਂ ਦੇ ਸਾਥੀ ਆ ਜਿਹੜੇ ਉਧਵ ਠਾਕਰੇ ਗਰੁੱਪ ਵਾਲੇ, ਉਹ ਵੀ ਇਹੀ ਕਰਦੇ ਸੀਗੇ ਕਿ ਮੁੰਬਈ ਦੇ ਵਿੱਚ ਬਾਹਰਲਾ ਬੰਦਾ ਨਹੀਂ ਆਣ ਦਿਆਂਗੇ। ਇਹਨਾਂ ਦੇ ਸਹਿਯੋਗੀ ਵੀ ਐਸੇ ਨੇ ਤੇ ਇਹਨਾਂ ਦੀ ਸੋਚ ਵੀ ਐਸੀ ਆ। ਹੁਣ ਇੱਥੇ ਇਹਨਾਂ ਨੂੰ ਇੱਕ ਹੋਰ ਦੋਵੇਂ ਭਾਈਵਾਲ ਮਿਲ ਗਏ ਨੇ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ, ਜਿਹਨਾਂ ਦੀ ਸੋਚ ਬਿਲਕੁਲ ਇਹਨਾਂ ਨੇ ਮੈਚ ਕਰਦੀ ਆ। ਪਰ ਇਹ ਆ ਵੀ ਹਾਂ ਪੰਜਾਬ ਚ ਇੱਕ ਦੂਸਰੇ ਦਾ ਫੌਰੀ ਤੌਰ ਤੇ ਵਿਰੋਧ ਕਰਦੇ ਦੇਖਦੇ ਨੇ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਸਾਡੇ ਸੀਐਮ ਸਾਹਿਬ ਕਲਾ ਦੀ ਦੁਨੀਆ ਚੋਂ ਆਏ ਨੇ, ਤੋ ਗੱਲ ਥੋੜੀ ਜਿਹੀ ਇਸ ਤਰੀਕੇ ਨਾਲ ਕਰਦੇ ਨੇ ਕਿ ਅਗਲੇ ਲੱਗਦਾ ਕਿ ਪਤਾ ਨੀ ਸੱਚੀ ਬੋਲਦਾ ਹੁੰਦਾ, ਜਦਕਿ ਉਹ ਪਤਾ ਹੁੰਦਾ ਕਿ ਕਲਾਕਾਰ ਨੂੰ ਜਿਹੜੀ ਸਕ੍ਰਿਪਟ ਲਿਖ ਕੇ ਦਿੱਤੀ ਜਾਂਦੀ ਹੈ ਉਹਨੇ ਉਹੀ ਬੋਲਣਾ ਹੁੰਦਾ ਵਾ, ਉਹਦਾ ਸੱਚ ਦੇ ਨਾਲ ਨੇੜੇ ਤੋਂ ਵੀ ਕੋਈ ਵਾਸਤਾ ਨਹੀਂ ਹੁੰਦਾ। ਇਸ ਕਰਕੇ ਸਭ ਲੋਕ ਇਕੱਠੇ ਹੋਏ ਹੋਏ ਨੇ। ਔਰ ਜਿੱਥੇ ਤੱਕ ਹੈ ਕਿ ਦੇਖੋ ਹਿੰਦੁਸਤਾਨ ਦੀ ਗੱਲ ਆ, ਕੋਈ ਵੀ ਬੰਦਾ ਕਿਸੇ ਵੀ ਸਟੇਟ ਚ ਜਾ ਕੇ ਕੰਮ ਕਰ ਸਕਦਾ। ਹੁਣ ਜੇ ਮਿਸਾਲ ਦੇ ਤੌਰ ਤੇ ਵਾਲੀਆ ਜੀ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ ਤਾਂ ਆਪਣਾ ਕੁਛ ਵੀ ਨਹੀਂ ਹੈ, ਸਾਰੇ ਲੋਕ ਹੀ ਬਾਹਰੋਂ ਆ ਕੇ ਵਸੇ ਹੋਏ ਨੇ। ਨਾ ਤੁਸੀਂ ਦਿੱਲੀ ਨੂੰ ਪੰਜਾਬੀ ਕਹਿ ਸਕਦੇ ਹੋ, ਨਾ ਹਰਿਆਣਵੀ ਕਹਿ ਸਕਦੇ ਹੋ, ਨਾ ਤੁਸੀਂ ਉਹਨੂੰ, ਮਤਲਬ ਹਰ ਤਰ੍ਹਾਂ ਦੇ ਲੋਕ ਉੱਥੇ ਵਸੇ ਹੋਏ ਨੇ, ਕੰਮ ਕਰ ਰਹੇ ਨੇ, ਪ੍ਰੋਪਰਟੀਆਂ ਬਣੀਆਂ ਹੋਈਆਂ ਨੇ। ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਵੀ ਹਰ ਬੰਦੇ ਨੂੰ ਆਪਣਾ ਕੰਮ ਕਰਨ ਦਾ ਅਧਿਕਾਰ ਹੈ। ਹੁਣ ਅੱਜ ਦੀ ਗੱਲ ਆਪਾਂ ਕਰਦੇ ਹਾਂ ਕੋਈ ਪ੍ਰੋਪਰਟੀ ਲੈ ਸਕਦਾ ਜਾਂ ਨਹੀਂ ਲੈ ਸਕਦਾ। ਦੇਖੋ ਜਦ ਤੱਕ ਕਿਸੇ ਸਟੇਟ ਦੇ ਵਿੱਚ ਕੋਈ ਕਾਨੂੰਨ ਨਹੀਂ ਬਣਦਾ ਤਾਂ ਉਦੋਂ ਤੱਕ ਤਾਂ ਹਰ ਬੰਦਾ ਲੈ ਸਕਦਾ। ਜਦੋਂ ਕੋਈ ਸਰਕਾਰਾਂ ਇਸ ਤੇ ਵਿਚਾਰ ਕਰਨਗੀਆਂ, ਕੋਈ ਕਾਨੂੰਨ ਆਊਗਾ, ਫਿਰ ਆਪਾਂ ਨੂੰ ਇਸ ਤੇ ਗੱਲ ਕਰਨੀ ਚਾਹੀਦੀ। ਤਾਂ ਮੇਰੇ ਖਿਆਲ ਦੇ ਨਾਲ ਜਿਹੜਾ ਸੁਖਪਾਲ ਖਹਿਰਾ ਜੀ ਨੇ ਬਿਆਨ ਦਿੱਤਾ ਉਹ ਤਾਂ ਨਿੰਦਣਯੋਗ ਹੈ ਹੀ ਹੈ, ਪਰ ਜਿਹੜਾ ਵੜਿੰਗ ਸਾਹਿਬ ਉਸ ਤੇ ਸਫਾਈ ਦੇ ਰਹੇ ਨੇ ਉਹ ਵੀ ਇੱਕ ਦਿਖਾਵਾ ਆ। ਉਹ ਜਿਹੜੇ ਭਗਵੰਤ ਮਾਨ ਸਾਹਿਬ ਇਹਨਾਂ ਦੇ ਨਵੇਂ ਨਵੇਂ ਸਾਥੀ ਨੇ
ਉਹਨਾਂ ਦਾ ਤਾਂ ਕਿਆ ਕਹਿਣਾ, ਝੂਠ ਦੀ ਜੋ ਵੱਲੋਂ ਕਲਾਕਾਰੀ ਦੀ ਦੁਨੀਆ ਚੋਂ ਆਏ ਨੇ, ਜੋ ਸਕ੍ਰਿਪਟ ਸਵੇਰੇ ਲਿਖ ਕੇ ਦਿੱਤੀ ਜਾਂਦੀ ਆ ਉਹਦੇ ਤੇ ਉਹ ਪਰਫਾਰਮ ਵਧੀਆ ਕਰ ਲੈਂਦੇ ਨੇ, ਇਹ ਚ ਮੈਨੂੰ ਮੰਨਣ ਤੇ ਕੋਈ ਗੁਰੇਜ਼ ਨਹੀਂ ਆ, ਪਰ ਜ਼ਮੀਨ ਤੇ ਕਨੈਕਟ ਜ਼ੀਰੋ ਆ। ਨਹੀਂ ਪਰ ਜਿਹੜੀ ਗੱਲ ਤੁਸੀਂ ਹੁਣ ਕਹੀ ਹੈ ਫਿਰ ਤਾਂ ਨਾਰੰਗ ਸਾਹਿਬ ਗੱਲ ਤਾਂ ਫਿਰ ਸਿਫਾਰਸ਼ ਕਹਿ ਰਹੇ ਠੀਕ ਕਹਿ ਰਹੇ ਨੇ, ਫਿਰ ਤਾਂ ਜਾਖੜ ਸਾਹਿਬ ਨੂੰ ਇਸ ਤਰ੍ਹਾਂ ਦਾ ਪ੍ਰਤੀਕਰਮ ਦੇਣਾ ਨਹੀਂ ਚਾਹੀਦਾ ਸੀ ਤੁਹਾਡੇ ਪ੍ਰਧਾਨ ਨੂੰ। ਜੇ ਤੁਸੀਂ ਕਹਿ ਰਹੇ ਹੋ ਅਜੇ ਐਡਵੋਕੇਟ ਵੀ ਜਦੋਂ ਕਾਨੂੰਨ ਬਣੂ, ਉਹ ਵੀ ਤਾਂ ਇਹੀ ਕਹਿ ਰਹੇ ਨੇ ਕਿ ਅਸੀਂ ਚਾਹੁੰਦੇ ਹਾਂ ਕਿ ਕਾਨੂੰਨ ਬਣੇ ਕਿ ਲੋਕ ਉਡਾ ਸਕਣ, ਜਿਵੇਂ ਗੁਜਰਾਤ ਚ ਬਣੇ। ਤੁਸੀਂ ਗੁਜਰਾਤ ਨੂੰ, ਗੁਜਰਾਤ ਚ ਇਹ ਨੀ ਬਣੇ, ਗੁਜਰਾਤ ਚ ਨਾਨ ਐਗਰੀਕਲਚਰ ਟੈਸਟ ਜਿਹੜਾ ਨੀ ਬਣ ਸਕਦਾ। ਹਿਮਾਚਲ ਤਾਂ ਆਪਣੇ ਬਿਲਕੁਲ ਗੁਆਂਢ ਚ ਉੱਥੇ ਬਣਿਆ ਹੋਇਆ, ਫਿਰ ਉਹ ਠੀਕ ਹੈ। ਲੇਕਿਨ ਮੈਨੂੰ ਲੱਗਦਾ ਜਿਹੜੀ ਖਾਸ ਗੱਲ ਖਹਿਰਾ ਸਾਹਿਬ ਨੇ ਕੀਤੀ ਹੈ ਕਿ ਇੱਥੇ ਪੱਗਾਂ ਨੀ ਰਹਿਣੀਆਂ, ਇੱਥੇ ਸਿੱਖ ਨੀ ਰਹਿਣੇ, ਇਹਨਾਂ ਨੂੰ ਘਰ ਕੇ ਬਣਾਉਣ ਦੇਣਾ ਚਾਹੀਦਾ। ਲੇਕਿਨ ਨੌਕਰੀਆਂ ਦਾ ਜਿਹੜਾ ਚੈਲੰਜ ਕੀਤਾ ਹੈ ਉਹ ਤਾਂ ਵੱਡਾ ਚੈਲੰਜ ਹੈ। ਪੁੱਛੋ ਕਹਿੰਦੇ ਭਗਵੰਤ ਮਾਨ ਨੂੰ ਕਿੱਥੇ ਨੌਕਰੀਆਂ। ਆਰਪੀਐਸ ਮਲਹੋਤਰਾ ਸਾਹਿਬ, ਇਸ ਜਿਹੜੀ ਸਾਰੀ ਗੱਲਬਾਤ ਤੇ ਤੁਹਾਡੀ ਟਿੱਪਣੀ। ਵਾਲੀਆ ਸਾਹਿਬ, ਦੇਖੋ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਏਕ ਪਿਤਾ ਏਕ ਅਸਕੇ ਹਮ ਵਰਗ, ਔਰ ਸਾਡਾ ਸੰਵਿਧਾਨ ਵੀ ਜਿਹੜਾ ਹੈ ਆਪਸੀ ਭਾਈਚਾਰਾ ਮੇਨਟੇਨ ਰੱਖਣ ਦੀ ਗੱਲ ਕਰਦਾ ਹੈਗਾ। ਔਰ ਆਰਟੀਕਲ 19(1)(e) ਜਿਹੜਾ ਹੈਗਾ ਇਹ ਸਾਨੂੰ ਰਾਈਟ ਟੂ ਰਿਜ਼ਾਈਡ ਐਂਡ ਸੈਟਲ ਇਨ ਐਨੀ ਪਾਰਟ ਆਫ ਦਾ ਟੈਰੀਟਰੀ ਆਫ ਇੰਡੀਆ, ਯਾਨੀ ਕਿ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਰਹਿਣ ਤੇ ਸੈਟਲ ਹੋਣ ਦਾ ਜਿਹੜਾ ਹੱਕ ਦਿੰਦਾ ਹੈਗਾ। ਤੇ ਜਿਹੜਾ ਬੰਦਾ ਕਿਧਰੇ ਵੀ ਸੈਟਲ ਹੋ ਜਾਂਦਾ ਉੱਥੇ ਨੈਚੁਰਲਾਈਜ਼ ਹੋ ਜਾਂਦਾ, ਡੋਮੀਸਾਈਲ ਉਹਦਾ ਉੱਥੇ ਦਾ ਬਣ ਜਾਂਦਾ ਔਰ ਆਧਾਰ ਕਾਰਡ ਉਹਦਾ ਬਣ ਜਾਂਦਾ, ਵੋਟ ਬਣ ਜਾਂਦੀ ਹੈ, ਤਾਂ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਓਬਜੈਕਸ਼ਨ ਨਹੀਂ ਹੋਣੀ ਚਾਹੀਦੀ ਉਹਨਾਂ ਦੇ ਕਿਸੇ ਵੀ ਰਾਈਟ ਤੇ, ਇੰਕਲੂਡਿੰਗ ਰਾਈਟ ਟੂ ਪ੍ਰੋਪਰਟੀ ਔਰ ਰਾਈਟ ਟੂ ਬਾਏ ਪ੍ਰੋਪਰਟੀ। ਸੋ ਖਹਿਰਾ ਸਾਹਿਬ ਦੀ ਇਹ ਜਿਹੜੀ ਸਟੇਟਮੈਂਟ ਹੈਗੀ ਹੈ ਇਹ ਬਹੁਤ ਹੀ ਨੈਰੋ ਮਾਈਂਡਡ ਸਟੇਟਮੈਂਟ ਹੈਗੀ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਉਹ ਕਿੰਨੇ ਕੁ ਜ਼ਿੰਮੇਵਾਰ ਇਨਸਾਨ ਨੇ, ਔਰ ਮੈਂ ਸਮਝਦਾ ਕਿ ਮਾਨਵਤਾ ਦੇ ਖਿਲਾਫ ਵੀ ਹੈ ਔਰ ਸੰਵਿਧਾਨ ਦੇ ਖਿਲਾਫ ਵੀ ਹੈ। ਔਰ ਜਿੱਥੇ ਤੱਕ ਗੱਲ ਰਹੀ ਨੌਕਰੀਆਂ ਦੀ, ਅਸੀਂ 2 ਸਾਲ ਹੋਏ ਸਾਡੀ ਸਰਕਾਰ ਬਣਿਆ ਪੰਜਾਬ ਦੇ ਵਿੱਚ, ਅਸੀਂ ਕੋਈ ਐਗਜ਼ਿਸਟਿੰਗ ਕਾਨੂੰਨ ਵਿੱਚ ਤਬਦੀਲੀ ਨਹੀਂ ਕੀਤੀ ਹੈ। ਜੋ ਕਾਨੂੰਨ ਅਕਾਲੀਆਂ ਨੇ ਬਣਾਇਆ ਜਾਂ ਕਾਂਗਰਸੀਆਂ ਨੇ ਬਣਾਇਆ, ਜੋ ਇਹਨਾਂ ਦੇ 70 ਸਾਲ ਦੇ ਰਾਜ ਵਿੱਚ ਚੱਲਦਾ ਰਿਹਾ, ਉਸੇ ਮੁਤਾਬਕ ਜਿਹੜਾ ਹੈ ਉਹ ਨੌਕਰੀਆਂ ਦਿੱਤੀਆਂ ਜਾ ਰਹੀਆਂ। ਔਰ ਅਸੀਂ ਤਾਂ ਬਲਕਿ ਉਸ 'ਚ ਐਡੀਸ਼ਨ ਕੀਤੀ ਹੈ ਕਿ ਪੰਜਾਬੀ ਦਾ ਟੈਸਟ ਪਾਸ ਕਰਨਾ ਜਿਹੜਾ ਉਹ ਹਰ ਕਿਸੇ ਲਈ ਜ਼ਰੂਰੀ ਹੈਗਾ। ਸੋ ਮੇਰੇ ਖਿਆਲ ਨਾਲ ਇਹ ਵੋਟਾਂ ਦਾ ਸਮਾਂ ਹੈਗਾ ਤੇ ਹਰ ਕੋਈ ਆਪਣੀ ਤਿਗੜਮ ਲੜਾ ਰਿਹਾ, ਚਾਹੇ ਉਹ ਸੰਵਿਧਾਨ ਦੇ ਖਿਲਾਫ ਬੋਲ ਰਿਹਾ, ਚਾਹੇ ਉਹ ਮਾਨਵਤਾ ਦੇ ਖਿਲਾਫ ਬੋਲ ਰਿਹਾ, ਔਰ ਇਹਨਾਂ ਮਾੜੇ ਜਿਹੜੇ ਇੰਟੈਂਸ਼ਨਸ ਹੈਗੀਆਂ, ਮਾੜੀਆਂ ਇੰਟੈਂਸ਼ਨਸ ਹੈਗੀਆਂ ਉਹਨਾਂ ਤੋਂ ਗੁਰੇਜ਼ ਨਹੀਂ ਕਰ ਰਹੇ। ਇਹਨਾਂ ਨੂੰ ਮੇਰੇ ਖਿਆਲ ਨਾਲ ਜਨਤਾ ਵੀ ਸਮਝਦੀ ਹੈ ਔਰ ਇਹਨਾਂ ਦੇ ਮਾੜੇ ਮਨਸੂਬਿਆਂ ਨੂੰ ਸਮਝਦੇ ਹੋਏ ਇਸੇ ਮੁਤਾਬਕ ਇਹਨਾਂ ਨੂੰ ਟ੍ਰੀਟਮੈਂਟ ਮਿਲਣਾ ਚਾਹੀਦਾ, ਇਹਨਾਂ ਨੂੰ ਟ੍ਰੀਟਮੈਂਟ। ਮਲਹੋਤਰਾ ਸਾਹਿਬ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਮਾਨਸਿਕ ਜਾਤ ਸਭ ਇੱਕ ਪਹਿਚਾਣ ਹੋ ਜਾਂ ਗੁਰੂ ਤਾਂ ਸਾਨੂੰ ਸਾਰਿਆਂ ਨੂੰ ਬਰਾਬਰ ਸਰਬੱਤ ਦੇ ਭਲੇ ਦੀ ਗੱਲ ਸਾਨੂੰ ਸਿਖਾ ਰਹੇ ਨੇ, ਲੇਕਿਨ ਇਸ ਤਰ੍ਹਾਂ ਦਾ ਕਹਿਣਾ ਇੱਥੇ ਕੋਈ ਪੱਗ ਨਹੀਂ ਦੇਖਣੀ, ਇੱਥੇ ਸਿੱਖ ਨਹੀਂ ਘੱਟ ਗਿਣਤੀ ਚ ਹੋ ਜਾਣਗੇ ਸਿੱਖ, ਔਰ ਪੰਜਾਬ ਜਿਹੜਾ ਹੈ ਪੰਜਾਬੀਅਤ ਜਿਹੜੀ ਆ ਪੰਜਾਬ ਦੀ ਉਹ ਖਤਰੇ ਚ ਪੈ ਗਈ। ਇਸ ਕਿਸਮ ਦੀਆਂ ਗੱਲਾਂ ਉਹ ਜਿਹੜੇ ਉਹ ਵੀ ਜਦੋਂ ਚੋਣ ਦੇ ਦੌਰਾਨ ਹੋ ਰਹੀਆਂ ਨੇ ਔਰ ਸਿਰਫ ਤੇ ਸਿਰਫ ਰਾਜਾ ਬੜਿੰਗ ਬੋਲ ਰਹੇ ਨੇ, ਬਾਕੀ ਨਹੀਂ ਬੋਲ ਰਹੇ, ਇੱਥੋਂ ਇਹ ਗੱਲ ਲੱਗਦੀ ਹੈ ਕਿ ਸਭ ਨੂੰ ਆਪੋ ਆਪਣੀ ਪਈ ਹੋਈ ਹੈ ਤੇ ਕਿਸੇ ਨੂੰ ਵੀ ਪੰਜਾਬ ਦੀ ਉਸ ਤਰ੍ਹਾਂ ਦੀ ਗੱਲ ਨਹੀਂ। ਵੈਸੇ ਖਹਿਰਾ ਸਾਹਿਬ ਦੀ ਜਿਹੜੀ ਗੱਲ ਹੈ, ਜਿੱਥੋਂ ਤੱਕ ਉਹਨਾਂ ਕੋਲ ਤਰਕ ਇਹ ਹੈ ਕਿ ਹੋਰ ਸਟੇਟਾਂ ਨੇ ਬਣਾਇਆ ਹੋਇਆ, ਉਹਨਾਂ ਕੋਲ ਤਰਕ ਇਹ ਹੈ ਕਿ ਜੇ ਚੋਣ ਮਨੋਰਥ ਪੱਤਰ ਅਕਾਲੀਆਂ ਦਾ ਹੈ ਤੇ ਉਹ ਵੀ ਤਾਂ ਇਹੀ ਕਹਿੰਦੇ ਨੇ ਜੋ ਮੈਂ ਕਹਿ ਰਿਹਾ,
ਮੈਂ ਕਦੋਂ ਕਹਿਣਾ ਪ੍ਰਵਾਸੀ ਨੂੰ ਰੋਕੋ ਕਹਿੰਦੇ, ਮੈਂ ਤਾਂ ਕਹਿਣਾ ਸਾਰੇ ਮਜ਼ਦੂਰ ਹੋਣ, ਮੈਂ ਤਾਂ ਕਾਨੂੰਨ ਬਣਾਉਣ ਦੀ ਗੱਲ ਕਰ ਰਿਹਾ। ਸੋ ਇਸ ਤਰ੍ਹਾਂ ਦੀ ਇਹ ਚਰਚਾ ਚੱਲ ਰਹੀ ਹੈ, ਇਸੇ ਸਿਧਾਂਤ 'ਚ ਅਸੀਂ ਚਰਚਾ ਕਰ ਰਹੇ ਹਾਂ, ਇਹ ਚਰਚਾ ਅਸੀਂ ਜਾਰੀ ਰੱਖਾਂਗੇ। ਇੱਕ ਬ੍ਰੇਕ ਤੋਂ ਬਾਅਦ ਹੁਣ ਲੈਂਦੇ ਹਾਂ ਇੱਕ ਬ੍ਰੇਕ। ਚਰਚਾ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਪਹਿਲੇ ਦੱਸਦੇ ਅਸੀਂ ਅਸਲ ਡਿਸਕਸ ਇਹ ਕਰ ਰਹੇ ਹਾਂ ਕਿ ਪੰਜਾਬ ਚ ਪ੍ਰਵਾਸੀ ਆਉਂਦੇ ਨੇ, ਔਰ ਪ੍ਰਵਾਸੀਆਂ ਬਿਨਾਂ ਪੰਜਾਬ ਦਾ ਸਰਦਾ ਵੀ ਨਹੀਂ। ਇਹਨਾਂ ਦਿਨਾਂ ਚ ਤਾਂ ਤੁਸੀਂ ਇਹ ਦੇਖੋ ਕਿ ਝੋਨਾ ਲਾਉਣ ਲਈ ਨਾ ਅਸੀਂ ਉਹਨਾਂ ਨੂੰ ਰੇਲਵੇ ਸਟੇਸ਼ਨ ਤੇ ਜਿਵੇਂ ਇੱਕ ਵਧੀਆ VIP ਮਹਿਮਾਨ ਨੂੰ ਰਿਸੀਵ ਕਰਨਾ ਹੁੰਦਾ ਹੈ, ਆ ਜੂਨ ਦੇ ਪਹਿਲੇ ਹਫ਼ਤੇ ਤਾਂ ਜਾ ਕੇ ਸਟੇਸ਼ਨਾਂ ਤੋਂ ਉਹਨਾਂ ਨੂੰ ਫਿਰ ਬੜੇ ਲਾਲਚ ਦਿੱਤੇ ਜਾਂਦੇ ਨੇ ਕਿ ਤੁਹਾਨੂੰ ਕੀ ਦੇਵਾਂਗੇ, ਆਓ ਸਾਡੇ ਕੋਲ ਆਓ। ਤੋ ਇਹ ਪ੍ਰਵਾਸੀ ਬੜੇ ਕੰਮ ਦੀ ਚੀਜ਼ ਨੇ ਪੰਜਾਬ ਲਈ, ਜਿਵੇਂ ਸਾਡੇ ਪੰਜਾਬੀ ਕੈਨੇਡਾ ਲਈ ਨੇ ਜਾਂ ਕਿਸੇ ਹੋਰ ਲਈ ਨੇ, ਉਹਨਾਂ ਨੂੰ ਵਰਕ ਫੋਰਸ ਦੀ ਲੋੜ ਹੈ, ਸਾਨੂੰ ਵੀ ਵਰਕ ਫੋਰਸ ਦੀ ਲੋੜ ਹੈ। ਅਸੀਂ ਉੱਧਰ ਜਾ ਕੇ ਘਰ ਬਣਾ ਰਹੇ ਹਾਂ, ਉੱਧਰ ਜਾ ਕੇ ਅਸੀਂ ਜਿਹੜੀ ਹੈ ਉਹਨਾਂ ਦੀ ਪੋਲੀਟਿਕਸ ਚ ਹਿੱਸਾ ਲੈ ਰਹੇ ਹੈ। 7, 4, 5, 8, 10 MLA ਮੰਤਰੀ ਬਣ ਜਾਂਦੇ ਨੇ, MP ਬਣ ਜਾਂਦੇ ਨੇ, ਉਹ ਤਾਂ ਹਾਲੇ ਬਣ ਨਹੀਂ ਲੱਗੇ, ਲੇਕਿਨ ਸਾਡੇ ਇਹ ਕਿਹਾ ਜਾਣ ਲੱਗਿਆ ਕਿ ਪੰਜਾਬ ਨੂੰ ਖਤਰਾ ਹੋ ਗਿਆ। ਇਹ ਗੱਲ ਕਾਫੀ ਹੱਦ ਤੱਕ ਠੀਕ ਹੈ ਕਿ ਉਹ ਆਪਦੀ ਐਗਜ਼ਿਸਟੈਂਸ ਉਹਨਾਂ ਦੀ ਆਉਣੀ ਸ਼ੁਰੂ ਹੋ ਗਈ। ਅੱਜ ਪਾਤਰ ਸਾਹਿਬ ਦਾ ਭੋਗ ਸੀ, ਲੇਕਿਨ ਪਾਤਰ ਸਾਹਿਬ ਵੀ ਉਹ ਕਵਿਤਾ ਜੀ ਦੇ ਚੁੱਕ ਜਿਹੜੀ ਬੱਚੀ ਦਾ ਜ਼ਿਕਰ ਕਰਦੇ ਨੇ ਜਿਹੜੀ ਸਰਕਾਰੀ ਸਕੂਲ ਚ ਪੜ੍ਹਦੀ ਹੈ ਤੇ ਗੁਰਮੁਖੀ ਚ ਲਿਖਦੀ ਹੈ। ਤੋ ਇਹ ਜਿਹੜਾ ਕੁਛ ਹੈ ਕਿ ਉਹ ਸਕੂਲਾਂ ਚ ਵੀ ਪੜ੍ਹਦੇ ਰਹੇ, ਉਹਨਾਂ ਪੰਜਾਬੀ ਕਲਚਰ ਨੂੰ ਅਪਣਾ ਲਿਆ, ਬੋਰਡ ਵੀ ਬਣਾ ਲਈ, ਸਭ ਕੁਛ ਹੋ ਗਿਆ, ਤੇ ਖਹਿਰਾ ਸਾਹਿਬ ਕਹਿੰਦੇ ਸਾਨੂੰ ਖਤਰਾ ਇਹਨਾਂ ਤੋਂ। ਤੇ ਦੂਜੇ ਪਾਸੇ ਰਾਜਾ ਬੜਿੰਗ ਕਹਿੰਦੇ ਖਹਿਰਾ ਸਾਹਿਬ ਜੋ ਮਰਜ਼ੀ ਕਹੇ ਜਾਣ, ਸਾਨੂੰ ਕੋਈ ਖਤਰਾ ਨਹੀਂ, ਇਹ ਉਹਨਾਂ ਦੇ ਵਿਚਾਰ ਨੇ। ਮਨੋਜ ਭਾਰਤੀ, ਕਾਂਗਰਸ ਪਾਰਟੀ, ਕੀ ਹੈ ਤੁਹਾਡਾ ਬਿਆਨ? ਸਾਰੇ ਕੱਲ ਜਿਸ ਵਕਤ ਇਹ ਖਬਰ ਦਾ ਸਾਨੂੰ ਪਤਾ ਚੱਲਿਆ ਤਾਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸਾਹਿਬ ਲੁਧਿਆਣੇ PC ਕਰਨ ਆਏ ਹੋਏ ਸੀਗੇ। ਉਹਨਾਂ ਨੇ ਉਹਨਾਂ ਦੀ ਪ੍ਰੈਸ ਕਾਨਫਰੰਸ 'ਚ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਪੰਜਾਬ ਦੀ ਤਰੱਕੀ ਜਿਹੜੀ ਹੈ ਉਹ ਪ੍ਰਵਾਸੀ ਭਰਾਵਾਂ ਤੋਂ ਬਿਨਾਂ ਪੋਸੀਬਲ ਨਹੀਂ ਹੈ। ਸਾਨੂੰ ਖੇਤਾਂ 'ਚ ਖੇਤੀ ਕਰਨ ਲਈ, ਬਿਲਡਿੰਗਾਂ ਬਣਾਉਣ ਲਈ, ਫੈਕਟਰੀਆਂ ਚਲਾਉਣ ਲਈ ਇਹਨਾਂ ਦੀ ਸਖ਼ਤ ਜ਼ਰੂਰਤ ਹੈ, ਔਰ ਇਹ ਸਾਡੇ ਇੱਕ ਪਾਰਟ ਨੇ ਸਾਡਾ ਡੇਲੀ ਰੋਜ਼ਮਰਰਾ ਦੀ ਜ਼ਿੰਦਗੀ ਦਾ। ਅਤੇ ਇਸ ਕਰਕੇ ਉਹਨਾਂ ਨੇ ਕਿਹਾ ਜੀ ਵੀ ਖਹਿਰਾ ਸਾਹਿਬ ਨੇ ਕਿਉਂ ਬਿਆਨ ਦਿੱਤਾ। ਮੈਂ ਇਮੀਡੀਏਟਲੀ ਖਹਿਰਾ ਸਾਹਿਬ ਨੂੰ ਫੋਨ ਕੀਤਾ ਤਾਂ ਉਹ ਬਿਜ਼ੀ ਸੀਗੇ। ਉਹਨਾਂ ਦੇ PA ਨੇ ਕਿਹਾ, ਕਹਿੰਦੇ ਜੀ, ਮੈਂ ਉਹਨਾਂ ਨੂੰ ਕਿਹਾ ਭਾਈ ਅਖਬਾਰ 'ਚ ਤੁਹਾਡੀ ਨਿਊਜ਼ ਲੱਗੀ ਹੈ। ਉਹਨਾਂ ਨੇ ਕਿਹਾ ਜੀ ਉਹ ਨਿਊਜ਼ ਭੇਜ ਦਿਓ। ਉਹਦੇ ਬਾਅਦ ਉਹਨਾਂ ਨੂੰ ਮੈਂ ਨਿਊਜ਼ ਭੇਜਤੀ ਅਤੇ ਮੈਨੂੰ ਮੈਸੇਜ ਉਹਨਾਂ ਦਾ ਆਇਆ ਕਿ ਬਈ ਖਹਿਰਾ ਸਾਹਿਬ ਕਹਿ ਰਹੇ ਆ ਜੋ ਮੈਂ ਕਿਹਾ ਸੀ ਉਹ ਨਹੀਂ ਛਾਪਿਆ ਗਿਆ, ਬਲਕਿ ਮੈਨੂਪੁਲੇਸ਼ਨ ਕੀਤੀ ਗਈ। ਇਹ ਹੁਣ ਗਾਡ ਨੋਸ ਵੀ ਉਹਨਾਂ ਨੇ ਕੰਟਰਡਿਕਟ ਕੀਤਾ ਹੈ ਜਾਂ ਨਹੀਂ ਕੀਤਾ। ਉਸ ਤੋਂ ਬਾਅਦ ਜਿਹੜਾ ਤੁਸੀਂ ਗੱਲ ਕਹੀ ਹੈ ਵੀ ਇਕੱਲੇ ਰਾਜਾ ਵੜਿੰਗ ਜੀ ਨੇ ਕਿਹਾ, ਰਾਜਾ ਵੜਿੰਗ ਜੀ ਨੇ ਵੀ ਕਿਹਾ ਔਰ ਰਾਣਾ KP ਸਿੰਘ ਜੀ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਉਹਨਾਂ ਨੇ ਵੀ ਕਿਹਾ, ਭਾਰਤ ਭੂਸ਼ਣ ਆਸ਼ੂ ਸਾਬਕਾ ਮੰਤਰੀ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਸਾਡਾ ਜਿਹੜਾ ਇਹਨਾਂ ਨਾਲ ਪੱਕਾ ਰਿਸ਼ਤਾ ਹੈ ਉਹ ਰਿਸ਼ਤਾ ਜਿਹੜਾ ਉਹ ਉਸ ਰਿਸ਼ਤੇ ਨੂੰ ਬਣਾਈ ਰੱਖਣ 'ਚ ਹੀ ਪੰਜਾਬ ਦਾ ਫਾਇਦਾ ਹੈ, ਕਿਉਂਕਿ ਇਹਨਾਂ ਤੋਂ ਬਿਨਾਂ ਕੋਈ ਵੀ ਕੰਮ ਜਿਹੜਾ ਪੋਸੀਬਲ ਨਹੀਂ, ਨਾ ਕਾਰਖਾਨੇ ਚੱਲ ਸਕਦੇ ਨੇ, ਨਾ ਬਿਲਡਿੰਗਾਂ ਬਣ ਸਕਦੀਆਂ ਨੇ, ਨਾ ਖੇਤੀਬਾੜੀ ਹੋ ਸਕਦੀ ਹੈ। ਵੀ ਉਹਨਾਂ ਦਾ ਜੇ ਉਹਨਾਂ ਨੇ ਕਿਹਾ ਸੀ
ਜੋ ਕਿਹਾ ਸੀ ਜੇ ਉਹ ਨਹੀਂ ਛਪਿਆ ਤਾਂ ਉਹਨਾਂ ਨੂੰ ਦੁਬਾਰਾ ਉਹ ਕੰਟਰਾਡਿਕਟ ਕਰਕੇ ਉਹਨਾਂ ਨੂੰ ਜੋ ਕਹਿਣਾ ਚਾਹੁੰਦੇ ਸੀ ਉਹਨਾਂ ਨੂੰ ਦੁਬਾਰਾ ਕਹਿਣਾ ਚਾਹੀਦਾ। ਸੋ ਇਹ ਤਾਂ ਹੈ ਸਾਡੀ ਸਟ੍ਰੈਟਜੀ। ਭਾਰਤੀ ਜੀ ਉਹਨਾਂ ਦੀ ਜਿਹੜਾ ਸਪਸ਼ਟੀਕਰਨ ਹੈ ਨਾ ਖਹਿਰਾ ਸਾਹਿਬ ਦਾ, ਉਹਦੇ ਚ ਵੀ ਉਹਨਾਂ ਨੇ ਆਹੀ ਗੱਲ ਕਹੀ ਹੈ ਕਿ ਮੈਂ ਇਹ ਨਹੀਂ ਕਿਹਾ ਕਿ ਜੀ ਮਜ਼ਦੂਰਾਂ ਨੂੰ, ਪ੍ਰਵਾਸੀ ਮਜ਼ਦੂਰਾਂ ਨੂੰ ਜਿਹਨਾਂ ਦਾ ਜ਼ਿਕਰ ਤੁਸੀਂ ਜਾਂ ਰਾਣਾ ਕੇ ਪੀ ਨੇ ਕੀਤਾ ਜਾਂ ਰਾਜਾ ਬਣੇ, ਉਹ ਕਹਿੰਦੇ ਮੈਂ ਤਾਂ ਕਹੀ ਨਹੀਂ। ਉਹ ਤਾਂ ਕਹਿੰਦੇ ਮੈਂ ਹੁਣ ਵੀ ਕਹਿਣਾ ਕਿ ਪੰਜਾਬ ਦੇ ਵਿੱਚ ਜਿਹੜੇ ਬਾਹਰੋਂ ਆ ਕੇ ਜ਼ਮੀਨ ਖਰੀਦਦੇ ਨੇ ਗੈਰ ਪੰਜਾਬੀ, ਉਹਨਾਂ ਲਈ ਜਿਵੇਂ ਹਿਮਾਚਲ ਦੇ ਵਿੱਚ ਕਾਨੂੰਨ ਹੈ ਤੇ ਹੋਰ ਰਾਜਾਂ ਚ ਕਾਨੂੰਨ ਹੈ, ਉਸ ਤਰ੍ਹਾਂ ਦਾ ਕਾਨੂੰਨ ਬਣਨਾ ਚਾਹੀਦਾ। ਇਹ ਉਹਨਾਂ ਨੇ ਸਪਸ਼ਟੀਕਰਨ ਜਿਹਨੂੰ ਤੁਸੀਂ ਕਹਿੰਦੇ ਹੋ ਉਵੇਂ ਨਹੀਂ ਛਾਪਿਆ, ਇਹ ਤਾਂ ਹਰ ਇੱਕ ਪੋਲੀਟੀਕਲ ਬੰਦਾ ਕਹਿੰਦਾ ਹੁੰਦਾ, ਉਹਨਾਂ ਨੇ ਕਿਹਾ। ਇਸੇ ਕਰਕੇ ਉਸ ਦੀ ਸਪੋਰਟ ਲਈ ਮੈਂ ਇਹ ਕਿਹਾ ਵੀ ਇਕੱਲਾ ਉਹੀ ਨੀ, ਅਕਾਲੀ ਦਲ ਵੀ ਇਹ ਕਹਿ ਰਿਹਾ ਕਿ ਉਹ ਜਿਹੜਾ ਬਾਹਰਲਾ ਬੰਦਾ ਆ ਕੇ ਇੱਥੇ ਵਾਹੀਯੋਗ ਜ਼ਮੀਨ ਨਾ ਖਰੀਦ ਸਕੇ। ਜੇ ਗੱਲ ਹੈ ਤਾਂ ਫਿਰ ਸਤਪਾਲ ਖਹਿਰਾ ਠੀਕ ਹੈ ਜਾਂ ਨਹੀਂ ਠੀਕ, ਇਹੀ ਤਾਂ ਅਸੀਂ ਗੱਲ ਕਰ ਰਹੇ ਹਾਂ। ਸਤਪਾਲ ਸਿੱਧੂ ਸਾਹਿਬ ਕਿਵੇਂ ਦੇਖ ਰਹੇ ਹੋ ਸਾਰੀ ਡਿਸਕਸ਼ਨ ਚ ਜੋ ਨਿਕਲ ਰਿਹਾ? ਵਾਲੀਆ ਸਾਹਿਬ, ਖਹਿਰਾ ਸਾਹਿਬ ਨੇ ਜੋ ਗੱਲ ਕਹੀ ਹੈ ਕਿਸ ਪ੍ਰਪੇਖ ਚ ਕਹੀ ਹੈ ਇਹ ਤਾਂ ਖਹਿਰਾ ਸਾਹਿਬ ਹੀ ਦੱਸ ਸਕਦੇ ਨੇ। ਉਹਨਾਂ ਨੇ ਜੋ ਜਵਾਬ ਦਾ ਸਪਸ਼ਟੀਕਰਨ ਦਿੱਤਾ, ਜੋ ਉਹਨਾਂ ਨੇ ਕਿਹਾ ਉਹ ਬਾਅਦ ਚ ਉਹਨੂੰ ਸਾਫ਼ ਕਰਨ ਦੀ ਗੱਲ ਕੀਤੀ ਹੈ, ਉਹਦੇ ਚ ਉਹ ਬਹੁਤ ਹੀ ਜਿਹੜੀ ਗੱਲ ਹੈ ਉਹ ਠੀਕ ਹੈ ਕਿ ਬਾਕੀ ਸਟੇਟਾਂ ਦੇ ਵਿੱਚ ਕਾਨੂੰਨ ਹੈਗੇ, ਉਹ ਗੱਲ ਬਿਲਕੁਲ ਸਹੀ ਹੈ, ਹੈਗੇ ਨੇ ਕਾਨੂੰਨ, ਮੈਂ ਅੱਗੇ ਚੱਲ ਕੇ ਦੱਸਦਾ ਤੁਹਾਨੂੰ ਇੱਕ ਮਿੰਟ ਦੇ ਵਿੱਚ। ਲੇਕਿਨ ਜਿਹੜੀ ਦੂਜੀ ਗੱਲ ਹੈ ਕਿ ਮੈਨੂੰ ਇਹ ਲੱਗਦਾ ਵੀ ਖਹਿਰਾ ਸਾਹਿਬ ਦਾ ਨਾ ਲੱਖੇ ਸਿਧਾਣੇ ਵੀ ਜਿਹੜੀ ਸਟੇਟਮੈਂਟ ਆਉਂਦੀਆਂ ਆਉਂਦੀਆਂ ਨਾ, ਉਸ ਵਹਿਣ ਚ ਬਹਿ ਕੇ ਸ਼ਾਇਦ ਉਹ ਗੱਲ ਅੱਗੇ ਵਧਾ ਗਏ, ਜਿਹੜਾ ਉਹ ਕਹਿ ਗਏ ਵੀ ਇੱਥੇ ਦਾ ਸਿੱਖੀ ਨੂੰ ਖਤਰਾ ਹੋ ਜੂਗਾ, ਇੱਥੇ ਪੰਜਾਬੀਆਂ ਨੂੰ ਖਤਰਾ ਹੋ ਜੂਗਾ, ਉਹ ਜਿਵੇਂ ਉਹ ਬੋਲਦਾ ਜਿਹੜੀ ਭਾਸ਼ਾ ਬੋਲਦਾ, ਮੈਨੂੰ ਲੱਗਦਾ ਉਹ ਕਿਤੇ ਥੋੜਾ ਬੜਾ ਅਸਰ ਉਸ ਗੱਲ ਦਾ ਹੋ ਗਿਆ ਹੋਣਾ, ਤਾਂ ਉਹ ਗੱਲ ਜਿਹੜੀ ਹੈ ਇਸ ਗੱਲ ਚੋਂ ਨਿਕਲ ਕੇ ਆਈ ਜਾਪਦੀ ਹੈ ਮੈਨੂੰ, ਕਿ ਜਿਹੜੀ ਉਹਨਾਂ ਨੂੰ ਜਿਹੜੀ ਕਹਿਣੀ ਨਹੀਂ ਸੀ ਚਾਹੀਦੀ, ਔਰ ਜੇ ਨਿਕਲ ਗਈ ਹੈ ਤੇ ਉਹ ਗਲਤ ਆ। ਮੈਂ ਤਾਂ ਇਹ ਕਹੂੰਗਾ ਕਹਿਣਾ ਸਾਡਾ ਜੋ ਚੱਲਦਾ ਹੀ ਨੀ, ਸਾਡਾ ਪੰਜਾਬ ਦਾ ਜਿਹੜਾ ਬਹੁਤਾ ਸਾਡੇ ਖਾਸ ਕਰਕੇ ਖੇਤੀ ਤੋਂ ਬਿਨਾਂ ਇੰਡਸਟਰੀ ਦੇ ਵਿੱਚ ਵੀ ਕਾਫੀ ਇਹਨਾਂ ਸਾਡੇ ਭਰਾਵਾਂ ਦਾ, ਜਿਹੜੇ ਪ੍ਰਵਾਸੀ ਭਰਾ ਨੇ ਉਹਨਾਂ ਦਾ ਸਾਡੇ ਦੇਣ ਹੈ, ਉਹ ਸਾਨੂੰ ਸਾਡੇ ਹੱਥ ਵਟਾਉਂਦੇ ਨੇ ਸਾਡੇ ਨਾਲ ਆ ਕੇ। ਲੇਕਿਨ ਜਿੱਥੇ ਤੱਕ ਕਾਨੂੰਨ ਦੀ ਸਵਾਲ ਹੈ ਵਾਲੇ ਸਾਹਿਬ, ਹਿਮਾਚਲ ਦੇ ਵਿੱਚ ਤਾਂ ਇੱਥੋਂ ਤੱਕ ਕਾਨੂੰਨ ਹੈ ਕਿ ਹਿਮਾਚਲ ਦੇ ਵਿੱਚ ਜਿਹੜਾ ਤੁਸੀਂ ਖੇਤੀ ਵਾਲੀ ਜ਼ਮੀਨ ਤਾਂ ਲੈ ਹੀ ਨਹੀਂ ਸਕਦੇ। ਨੰਬਰ ਦੋ, ਜੇਕਰ ਤੁਸੀਂ ਰਿਹਾਇਸ਼ੀ ਜ਼ਮੀਨ ਵੀ ਲੈਣੀ ਹੈ ਤਾਂ ਉਹਦੇ ਵਾਸਤੇ ਵੀ ਇੱਕ ਲਿਮਿਟ ਲਾਈ ਹੋਈ ਹੈ ਉਹਨਾਂ ਨੇ ਕਿ ਇੰਨੇ ਗਜ਼ ਤੋਂ ਵੱਧ ਤੁਸੀਂ ਕੋਈ ਵੀ ਹੋਰ ਸਟੇਟ ਦਾ ਬੰਦਾ ਜ਼ਮੀਨ ਨਹੀਂ ਲੈ ਸਕਦਾ, ਉੱਥੇ ਇੱਕ ਲਿਮਿਟ ਹੈ। ਜਾਂ ਫਿਰ ਉੱਥੇ ਜਿਹੜੀਆਂ ਕੰਪਨੀਆਂ ਨੇ ਕੰਸਟਰਕਸ਼ਨ ਕਰਦੀਆਂ ਨੇ ਜਿਹੜੀਆਂ ਆ ਕੇ, ਉਹ ਉਹਨਾਂ ਦਾ ਵੱਖਰਾ ਕੰਮ ਹੈ, ਉਹ ਇੱਕ ਕੰਪਨੀਆਂ ਐਕਟ ਥੱਲੇ ਆਉਂਦੀਆਂ ਨੇ, ਉਹ ਇੱਕ ਬਿਲਡਿੰਗਾਂ ਖੜੀਆਂ ਕਰਦੀਆਂ ਨੇ, ਉਹਨਾਂ ਬਿਲਡਿੰਗਾਂ ਦੇ ਵਿੱਚ ਜਿਹੜੇ ਪੰਜਾਬੀ ਲੈਣ ਜਾਂ ਜੋ ਵੀ ਲਵੇ ਉਹ ਲੈ ਸਕਦੇ ਨੇ, ਲੇਕਿਨ ਖੇਤੀ ਵਾਲੀ ਜ਼ਮੀਨ ਉੱਥੇ ਅਲਾਊਡ ਨਹੀਂ ਹੈ। ਇਸ ਤਰ੍ਹਾਂ ਉੱਤਰਾਖੰਡ 'ਚ ਅੱਗੋਂ ਵੀ ਅੱਗੇ ਹੈ, ਉੱਤਰਾਖੰਡ ਦੇ ਵਿੱਚ ਤੁਸੀਂ ਜੇਕਰ ਜ਼ਮੀਨ ਰਿਹਾਇਸ਼ ਵਾਸਤੇ ਵੀ ਲੈਣੀ ਹੈ ਤਾਂ ਉਹਦੇ ਉਹਨਾਂ ਨੇ ਲਿਮਿਟ ਲਾਈ ਹੋਈ ਹੈ ਵੀ ਉੱਥੇ ਤੁਹਾਨੂੰ ਰਹਿੰਦਿਆਂ ਨੂੰ ਘੱਟੋ ਘੱਟ 5 ਸਾਲ ਆਉਂਦੇ ਹੋਣ ਤਾਂ ਤੁਸੀਂ ਉੱਥੇ ਜ਼ਮੀਨ ਲੈ ਸਕਦੇ ਹੋ, ਉਹ ਵੀ ਰਿਹਾਇਸ਼ ਵਾਸਤੇ। ਗਾਹਾਂ ਫਿਰ ਉਹਦੇ 'ਤੇ ਲਿਮਿਟ ਹੈ ਕਿ ਤੁਸੀਂ ਇੰਨੇ ਗਜ਼ ਤੋਂ ਵੱਧ ਨਹੀਂ ਲੈ ਸਕਦੇ। ਸੋ ਇਹ ਇਹ ਵੱਖਰੀਆਂ ਵੱਖਰੀਆਂ ਸਟੇਟਾਂ ਲਾਈ ਹੈ, ਲੇਕਿਨ ਉੱਥੇ ਤੁਸੀਂ ਖੇਤੀ ਵਾਲੀ ਜ਼ਮੀਨ ਉੱਤਰਾਖੰਡ ਦੇ ਵਿੱਚ ਬਿਲਕੁਲ ਨਹੀਂ ਲੈ ਸਕਦੇ। ਯੂਪੀ ਸਰਕਾਰ ਨੇ ਵੀ ਪਿੱਛੇ ਜੇ ਤੁਹਾਨੂੰ ਸ਼ਾਇਦ ਨਾ ਯਾਦ ਹੋਵੇ, 23 ਸਾਲ ਪਹਿਲਾਂ ਦੀ ਗੱਲ ਹੈ, ਮਾਇਆਵਤੀ ਦੀ ਵੇਲੇ ਇਹਨਾਂ ਨੇ ਇੱਕਦਮ ਸਟੈਂਡਰਡ ਏਕੜ ਘਟਾ ਕੇ ਉੱਥੇ ਜ਼ਮੀਨ ਜਿਹੜੇ ਪੰਜਾਬੀ ਵਸੇ ਹੋਏ ਸੀ ਉਹਨਾਂ ਦੇ ਜ਼ਮੀਨਾਂ ਦੇ ਉੱਤੇ ਇਹਨਾਂ ਨੇ ਨਵਾਂ ਐਕਟ ਲਾ ਕੇ ਉਹਨਾਂ ਨੂੰ ਉੱਥੋਂ ਵਿਹਲੇ ਕਰਨਾ ਸ਼ੁਰੂ ਕਰਤਾ ਸੀ। ਕਾਫੀ ਪੰਜਾਬੀਆਂ ਨੂੰ ਜ਼ਮੀਨਾਂ ਵੇਚਣੀਆਂ ਪਈਆਂ ਤੇ ਵਾਪਸ ਆਏ ਉਧਰ ਨੂੰ। ਅਗਲੀ ਗੱਲ, ਗੁਜਰਾਤ ਦੇ ਵਿੱਚ ਜਿਨ੍ਹਾਂ ਨੂੰ ਮੈਂਬਰ ਜਿਨ੍ਹਾਂ ਨੂੰ ਸਾਡੇ ਪ੍ਰਾਈਮ ਮਿਨਿਸਟਰ ਨੇ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਜਦੋਂ ਭਾਰਤ ਦਾ ਹੋਇਆ
ਉਹਨਾਂ ਨੂੰ ਸਿੱਖਾਂ ਨੂੰ ਪੰਜਾਬੀਆਂ ਨੂੰ ਵਸਾਇਆ ਗਿਆ, ਉਹਨਾਂ ਨੂੰ ਜ਼ਮੀਨਾਂ ਅਲਾਟ ਕੀਤੀਆਂ ਗਈਆਂ, ਉਹਨਾਂ ਨੂੰ ਆ ਕੇ ਪਿਛਲੇ ਕੁਛ ਸਾਲਾਂ ਦੀ ਗੱਲ ਆ, ਉਹਨਾਂ ਨੂੰ ਉੱਥੋਂ ਉਖੇੜਤਾ ਗਿਆ, ਉਹਨਾਂ ਦੀ ਜ਼ਮੀਨਾਂ ਨੂੰ ਜਿਹੜਾ ਲੈ ਲਿਆ ਗਿਆ, ਔਰ ਉਹਨਾਂ ਦੀ ਜ਼ਮੀਨ ਉਹਨੂੰ ਕਿਹਾ ਗਿਆ ਨਹੀਂ ਤੁਸੀਂ ਇੱਥੇ ਨਹੀਂ ਵੱਸ ਸਕਦੇ, ਤੁਹਾਨੂੰ ਤੁਸੀਂ ਜ਼ਮੀਨ ਨਹੀਂ ਰੱਖ ਸਕਦੇ। ਸੋ ਇਹ ਕਾਨੂੰਨ ਤਾਂ ਵੱਖ ਵੱਖ ਸਟੇਟਾਂ ਦੇ ਵਿੱਚ ਆਉਂਦੇ ਰਹਿੰਦੇ। ਰਾਜਸਥਾਨ ਦੇ ਵਿੱਚ ਜਿਹੜਾ ਕਾਨੂੰਨ ਹੈ ਉਹ ਜਿੱਥੇ ਜਿੱਥੇ ਪਾਣੀ ਲੱਗਦਾ, ਜਿਹਨੂੰ ਅਸੀਂ ਸਿੰਜਾਈ ਯੋਗ ਜ਼ਮੀਨ ਕਹਿੰਦੇ ਹਾਂ, ਉੱਥੇ ਕੋਈ ਵੀ ਬੰਦਾ ਪੰਜਾਬੀ ਹੋਵੇ ਜਾਂ ਕੋਈ ਵੀ ਕਿਸੇ ਸਟੇਟ ਦਾ ਬੰਦਾ, ਉਹ ਜਾ ਕੇ ਜ਼ਮੀਨ ਨਹੀਂ ਲੈ ਸਕਦਾ। ਲੇਕਿਨ ਬਾਕੀ ਜਿਹੜਾ ਰਾਜਸਥਾਨ ਹੈ ਉਹਦੇ ਤੁਸੀਂ ਜਿੱਥੇ ਪਾਣੀ ਦਾ ਕੋਈ ਸਾਧਨ ਨਹੀਂ ਹੈ ਉੱਥੇ ਤੁਸੀਂ ਜ਼ਮੀਨ ਲੈ ਸਕਦੇ ਹੋ। ਉਹਨਾਂ ਨੇ ਏਦਾਂ ਦਾ ਕਾਨੂੰਨ ਬਣਾਇਆ। ਅਗਲੀ ਗੱਲ ਜਿਹੜੀ ਵਾਲੀਆ ਸਾਹਿਬ ਹੈਗੀ ਆ, ਵੀ ਸਭ ਤੋਂ ਜ਼ਰੂਰੀ ਗੱਲ ਹੈ ਕਿ ਜਿਹੜੀ ਭਰਤੀ ਦੀ ਗੱਲ ਹੈ, ਭਰਤੀ ਦੇ ਵਿੱਚ ਸਾਰੀਆਂ ਸਟੇਟਾਂ ਨੇ, ਆਲਮੋਸਟ ਸਾਰੀਆਂ ਸਟੇਟਾਂ ਜਿਹਨਾਂ ਦੇ ਮੈਂ ਨਾਂ ਲੈ ਰਿਹਾ, ਇਸ ਤੋਂ ਬਿਨਾਂ ਹੋਰ ਵੀ ਸਟੇਟਾਂ ਨੇ ਵੀ, ਇੱਕ ਪੂਰਾ ਤੁਸੀਂ ਪਹਿਲਾਂ ਤੁਸੀਂ ਦੱਸ ਚੁੱਕੇ ਹੋ ਕਿ ਇੱਕ ਰਿਸਟ੍ਰਿਕਸ਼ਨ ਲਾਈ ਹੋਈ ਹੈ ਕਿ 90% ਤੋਂ ਵੱਧ ਜਿਹੜੀ ਉਹ ਬਾਹਰਲਿਆਂ ਨੂੰ ਨਹੀਂ ਦਿੱਤੀ ਜਾਊਗੀ। ਸਾਡੇ ਹਾਲ ਤੱਕ ਉਹ ਰਿਸਟ੍ਰਿਕਸ਼ਨ ਕਿਤੇ ਲੱਗੀ ਨਹੀਂ ਸੀ ਹੋਈ, ਹੁਣ ਸ਼ਾਇਦ ਕੋਸ਼ਿਸ਼ ਕਰ ਰਹੇ ਨੇ। ਕੁਛ ਕੀ ਹੋਇਆ ਕਿ ਜਿਹੜੇ ਪਿਛਲੀਆਂ ਭਰਤੀਆਂ ਹੋਈਆਂ ਨੇ, ਪਿੱਛੇ ਜਿਹੀ ਭਰਤੀਆਂ ਹੋਈਆਂ ਪੰਜਾਬ ਦੇ ਵਿੱਚ, ਉਹਦੇ ਚ ਕੀ ਹੈ ਵੀ ਜ਼ਿਆਦਾ ਇਹ ਕਹਿ ਲਓ ਵੀ ਸਾਡੇ ਬੱਚੇ ਉਸ ਤਰ੍ਹਾਂ ਦੀ ਕੁਆਲੀਫਿਕੇਸ਼ਨ ਨਹੀਂ ਸੀ ਜਾਂ ਕੁਛ ਕਹਿ ਲਓ, ਉਹਦੇ ਚ ਥੋੜਾ ਜਿਹਾ ਕੀ ਹੋਇਆ ਵੀ ਕੁਛ ਬੰਦੇ ਜ਼ਿਆਦਾ ਜਿਹੜੇ ਦੂਜੀਆਂ ਸਟੇਟਾਂ ਵਾਲੇ ਕੁਆਲੀਫਾਈ ਕਰ ਗਏ, ਉਹ ਕੁਆਲੀਫਾਈ ਕਰਨ ਕਰਕੇ ਨੈਚੁਰਲੀ ਨੌਕਰੀਆਂ ਉਹਨਾਂ ਨੂੰ ਮਿਲਣੀਆਂ ਸੀ। ਤੀਸਰੀ ਗੱਲ ਜਿਹੜੀ ਵਾਲੀਆ ਸਾਹਿਬ ਮਲਹੋਤਰਾ ਸਾਹਿਬ ਨੇ ਕਿਹਾ ਵੀ ਪੰਜਾਬੀ ਪਾਸ, ਉਹਦਾ ਪਹਿਲਾਂ ਵੀ ਕਾਨੂੰਨ ਹੈ, ਇਹ ਹੁਣ ਥੋੜੀ ਹੈ, ਉਹਦਾ ਪਹਿਲਾਂ ਵੀ ਸੀਗਾ ਕਿ 10ਵੀਂ ਤੱਕ ਦੀ ਪੰਜਾਬੀ ਪੜ੍ਹੀ ਹੋਵੇ ਤਾਂ ਤੁਸੀਂ ਪੰਜਾਬ ਚ ਨੌਕਰੀ ਲੈ ਸਕਦੇ ਹੋ, ਜਾਂ ਉਹਦੇ ਤੇ ਕੰਡੀਸ਼ਨ ਹੁੰਦੀ ਸੀ ਪਹਿਲਾਂ ਕਿ ਤੁਸੀਂ ਬਾਅਦ ਚ ਪੇਪਰ ਦੇ ਕੇ 10ਵੀਂ ਦਾ ਤੁਸੀਂ ਉਹਨੂੰ ਰੈਗੂਲਰ ਕਰ ਸਕਦੇ, ਨਹੀਂ ਤੁਸੀਂ ਉਹਨਾਂ ਚਿਰ ਪਰਮਿਸ਼ਨ ਤੇ ਰਹੋਗੇ ਔਰ ਤੁਹਾਨੂੰ ਉਸ ਵਕਤ ਆਇਆ ਜਾ ਸਕਦਾ, ਇਹ ਕਾਨੂੰਨ ਪਹਿਲਾਂ ਵੀ ਸੀਗਾ। ਵਾਲੀਆ ਸਾਹਿਬ ਅਸਲ ਚ ਗੱਲ ਪਤਾ ਕੀ ਹੈ, ਇਹ ਗੱਲ ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਅਸਲ ਮੁੱਦਾ ਨਾ, ਜਿਹੜਾ ਛੁਪਿਆ ਹੋਇਆ ਮੁੱਦਾ ਹੈ, ਜਿਹੜਾ ਲੋਕਾਂ ਨੂੰ ਪਤਾ ਤਾਂ ਹੈ ਪਰ ਉਹ ਮੁੱਦਾ ਇਹ ਹੈ ਕਿ ਜਦੋਂ ਵੀ ਕੋਈ ਬਹੁਤ ਵਧੀਆ ਪ੍ਰੋਜੈਕਟ ਜਿਹੜਾ, ਜਿਵੇਂ ਰੋਡ ਦਾ ਪ੍ਰੋਜੈਕਟ ਹੈ ਜਾਂ ਕੋਈ ਹੋਰ ਤਰ੍ਹਾਂ ਦੇ ਪ੍ਰੋਜੈਕਟ ਨੇ, ਉਹ ਪ੍ਰੋਜੈਕਟ ਜਦੋਂ ਪੰਜਾਬ ਦੇ ਵਿੱਚ ਸੈਂਟਰ ਚ ਪਾਸ ਹੋ ਕੇ ਆਉਂਦੇ ਨੇ, ਉਹ ਪ੍ਰੋਜੈਕਟ ਦੇ ਨੇੜੇ ਤੇੜੇ ਜਿਹੜੀਆਂ ਜ਼ਮੀਨਾਂ ਨੇ ਉਹ ਜ਼ਿਆਦਾ ਕੰਪਨੀਆਂ ਜਿਹੜੀਆਂ ਬਾਹਰਲੀਆਂ ਉਹ ਖਰੀਦ ਲੈਂਦੀਆਂ, ਜਾਂ ਕੁਛ ਬੰਦੇ ਸਾਡੇ ਸਾਡੇ ਅਫਸਰ ਜਿਹੜੇ ਨੇ, ਸਾਡੇ ਪੰਜਾਬ ਸਟੇਟ ਦੇ ਅਫਸਰ ਨੇ ਜਿਹੜੇ ਬਾਹਰਲੇ ਕੇਡਰਾਂ ਚੋਂ ਆਏ ਹੋਏ ਨੇ, ਬਾਹਰਲੀਆਂ ਸਟੇਟਾਂ ਚੋਂ ਆਏ ਹੋਏ ਨੇ, ਕਾਡਰ ਸਾਡਾ ਪੰਜਾਬ ਦਾ, ਉਹ ਆਪਦੇ ਰਿਸ਼ਤੇਦਾਰਾਂ ਦੇ ਨਾਂ ਤੇ ਆਪਦੇ ਕਿਸੇ ਹੋਰ ਨਾਂ ਤੇ ਉਹ ਖਰੀਦ ਲੈਂਦੇ ਨੇ। ਉਹ ਲੋਕਾਂ ਨੂੰ ਇਹ ਜਾਪਦਾ ਕਿ ਇਹ ਜ਼ਮੀਨ ਪ੍ਰਵਾਸੀਆਂ ਨੇ ਖਰੀਦ ਲਈ ਹੈ, ਅਸਲ ਚ ਉਹ ਸਾਡੇ ਜਿਹੜੇ ਇੱਥੇ ਲੱਗੇ ਹੋਏ ਨੇ IAS IPS ਹੋਰ ਬੰਦੇ, ਜਿਹੜੇ ਹੁਣ ਜੋ ਕਈ ਬੰਦੇ ਸਾਡੇ ਆਮ ਆਦਮੀ ਪਾਰਟੀ ਦੇ ਕਹੀਏ ਜਾਂ ਕਿਸੇ ਆਫਿਸਰ ਆ ਗਏ ਇੱਥੇ ਜਾਂ ਹੋਰ ਆ ਗਏ, ਨੈਚੁਰਲੀ ਉਹ ਜੋ ਪ੍ਰੋਜੈਕਟ ਪਤਾ ਲੱਗ ਜਾਂਦਾ, ਪ੍ਰੋਜੈਕਟ ਦੇ ਆਲੇ ਦੁਆਲੇ ਜ਼ਮੀਨਾਂ ਲਈਆਂ ਜਾਂਦੀਆਂ, ਉਹਨਾਂ ਦਾ ਰੌਲਾ ਬਹੁਤ ਪੈਂਦਾ, ਉਹ ਜਿਹੜਾ ਰੌਲਾ ਹੈ ਉਹ ਅਸਲ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਹੈ ਪੰਜਾਬੀਆਂ ਨੂੰ ਜਾਂ ਉਹਨਾਂ ਨੂੰ, ਉਹਦੇ ਕਰਕੇ ਥੋੜਾ ਜਿਹਾ ਰਿਜ਼ਲਟਮੈਂਟ ਥੱਲੇ ਆਉਂਦੀ ਹੈ ਵੀ ਵੇਖੋ ਜੀ ਸਾਰੀ ਜ਼ਮੀਨ ਤਾਂ ਇਹ ਲਈ ਜਾਂਦੇ ਨੇ। ਉਹ ਗੱਲ ਨੂੰ ਅਸਲ ਚ ਪਿੰਨ ਪੁਆਇੰਟ ਕਰਨ ਦੀ ਲੋੜ ਹੈ, ਨਾ ਕਿ ਇਸ ਨੂੰ। ਅਗਲੀ ਗੱਲ ਜਿਹੜੀ ਵਾਲੀਆ ਸਾਹਿਬ ਵਿੱਚ ਇਹ ਤੋਂ ਵੀ ਇੰਪੋਰਟੈਂਟ ਹੋਰ ਹੈ ਕਿ ਦੇਖੋ ਪ੍ਰਵਾਸੀਆਂ ਤੋਂ ਪ੍ਰਵਾਸੀ ਸਾਡੇ ਆਉਂਦੇ ਨੇ, ਪ੍ਰਵਾਸੀ ਕਿਸੇ ਵੀ ਜਗ੍ਹਾ ਤੇ ਆਉਣਾ ਪ੍ਰਵਾਸੀ ਨਹੀਂ ਕਹਿ ਸਕਦੇ, ਸਾਡੇ ਭਾਰਤੀ ਨੇ, ਸਾਡੇ ਦੇਸ਼ ਦੇ ਨੇ, ਅਸੀਂ ਇੱਕ ਦੂਜਿਆਂ ਸਟੇਟਾਂ ਦੇ ਵਿੱਚ ਰਿਸਟ੍ਰਿਕਸ਼ਨ ਲਾਈ ਜਾਂਦੇ ਆ। ਹੁਣ ਰਾਜ ਠਾਕਰੇ ਕੱਲ ਤਾਂ ਉਹ UPI ਦੇ ਖਿਲਾਫ ਬੋਲਦਾ ਸੀ, ਅੱਜ BJP ਦਾ ਪਾਰਟਨਰ ਆ ਉਹ, ਲੇਕਿਨ ਇਹ ਸਾਡੇ ਚੱਲਦਾ ਹੈ ਦੇ ਵਿੱਚ ਕਦੇ ਬੋਲੋ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਉੱਥੇ ਰਾਜ ਠਾਕਰੇ ਨੇ ਕੀਤੇ, ਇਹਨਾਂ ਦੇ ਆਪ ਵਾਲੇ ਕੁੱਟੇ, ਬਗਲੌਰ ਦੇ ਵਿੱਚ ਹੋਇਆ, ਬਹੁਤ ਥਾਂ ਤੇ ਹੋਇਆ, ਪਰ ਇੱਕ ਗੱਲ ਹੈ ਕਿ ਪੰਜਾਬ ਦੇ ਵਿੱਚ ਇਹਨੂੰ ਸਮਝਣ ਦੀ ਹੋਰ ਤਰੀਕੇ ਨਾਲ ਵੀ ਲੋੜ ਹੈ ਕਿ ਜਿਹੜੇ ਝੋਨਾ ਲਾਉਣ ਆਉਂਦੇ ਨੇ ਉਹ ਤਾਂ ਇੱਕ ਸੀਜ਼ਨਲ ਲੇਬਰ ਆਉਂਦੀ ਹੈ, ਬਹੁਤ ਸਾਰੇ ਕੰਮਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਲੋਕ ਪੱਕੇ ਤੌਰ ਤੇ ਬੱਸ ਗਏ, ਔਰ ਪੰਜਾਬੀ ਤਾਂ ਬਹੁਤ ਸਾਰੇ ਜਿਹੜੇ ਪੰਜਾਬੀ ਜਦੋਂ ਬਾਹਰ ਗਏ ਸੀ
ਉਦੋਂ ਆਮ ਤੌਰ ਤੇ ਇਹ ਕਿਹਾ ਜਾਂਦਾ ਸੀ ਸਪੇਅਰ ਪਾਰਟਸ, ਟਰੱਕਿੰਗ, ਟਰਾਂਸਪੋਰਟ, ਈਵਨ ਢਾਬਾ, ਇਹ ਸਾਰੇ ਪੰਜਾਬੀਆਂ ਦੇ ਮਨਪਸੰਦ ਕੰਮ ਸੀ। ਤੇ ਬਿਲਕੁਲ ਉਸ ਤਰ੍ਹਾਂ ਹੁਣ ਤੁਸੀਂ ਪੰਜਾਬ ਚ ਦੇਖੋ, ਬਹੁਤ ਸਾਰੇ ਕੰਮ ਐਸੇ ਨੇ ਪੰਜਾਬੀ ਨਹੀਂ ਕਰਦੇ। ਬਹੁਤ ਘੱਟ ਤੁਹਾਨੂੰ ਸਾਗੇ ਦੇ ਰੇਹੜੀ ਵਾਲੇ ਪੰਜਾਬੀ ਮਿਲਣਗੇ। ਮੈਨੂੰ ਇੱਕ ਪੁਲਿਸ ਅਫਸਰ ਨੇ ਦੱਸਿਆ, ਤੁਹਾਡੇ ਵਰਗੇ ਮਿੱਤਰ ਨੇ ਕੋਈ ਮਸਲਾ ਸੀ ਲੁਧਿਆਣੇ ਦਾ, ਇੱਕ ਬੰਦਾ ਫੜਿਆ, ਉਹਦੇ ਇਕੱਲੇ ਕੋਲ 200 ਤੋਂ ਵੱਧ ਰੇਹੜੀ ਇਕੱਲੇ ਕੋਲ ਆਲੂਆਂ ਦੀ ਸੀ ਜਿਹੜੀ ਲੱਗਦੀ ਸੀ, ਜਿਹੜੀ ਉਹਨਾਂ ਨੇ ਆਪਦੇ ਬਹੁਤ ਵਪਾਰ ਵਧਾ ਲਏ। ਜਿਨ੍ਹਾਂ ਨੇ ਵਪਾਰ ਵਧਾ ਲਏ, ਜਿਹੜੇ ਕੰਟਰੈਕਟਰ ਬਣ ਗਏ, ਉਹਨਾਂ ਦੇ ਬਾਰੇ ਈਰਖਾ ਵੀ ਪੈਦਾ ਹੋਈ ਸਾਡੇ ਲੋਕਾਂ ਚ, ਉਹਦੇ ਚੋਂ ਵੀ ਗੱਲ ਨਿਕਲਦੀ ਹੈ। ਇਹ ਗੱਲ ਵੀ ਨੌਕਰੀਆਂ ਤੋਂ ਸ਼ੁਰੂ ਹੋਈ ਸੀ, ਜਿੱਥੋਂ ਅਸੀਂ ਗੱਲ ਸੁਖਪਾਲ ਸਿੰਘ ਖਹਿਰਾ ਦੀ ਕਰ ਰਹੇ ਹਾਂ। ਨੌਕਰੀਆਂ ਜੋ ਰਾਜਸਥਾਨੀ, ਹਰਿਆਣਵੀ ਜਾਂ ਦਿੱਲੀ ਵਾਲੇ ਲੈ ਗਏ, ਉਦੋਂ ਇਹ ਗੱਲ ਇਹ ਨਿਕਲੀ। ਉਦੋਂ ਬਾਅਦ ਇਹ ਪੰਜਾਬ ਦੀ ਪੱਗ ਖਤਮ ਹੋਣ ਤੱਕ ਚਲੀ ਗਈ। ਉਹਦਾ ਇਹ ਵੀ ਕਾਰਨ ਹੋ ਸਕਦਾ ਕਿ ਉੱਥੇ ਸਿਮਰਨਜੀਤ ਸਿੰਘ ਮਾਨ ਨਾਲ ਟੱਕਰ ਹੈ, ਮਾਨ ਪਹਿਲੇ ਹੀ ਇਹ ਗੱਲ ਕਹਿ ਰਿਹਾ ਤੇ ਸ਼ਾਇਦ ਉੱਥੇ ਇਹ ਗੱਲ ਕਹੀ। ਲੇਕਿਨ ਇੱਕ ਨੈਸ਼ਨਲ ਪਾਰਟੀ ਦੇ ਦੋ ਲੀਡਰ, ਉਹ ਵੀ ਨੈਸ਼ਨਲ ਲੈਵਲ ਦਾ ਐਗਰੀਕਲਚਰ ਦਾ, ਜਿਹੜਾ ਕਿਸਾਨ ਮੋਰਚੇ ਦਾ ਪ੍ਰਧਾਨ ਹੈ ਸੁਖਪਾਲ ਸਿੰਘ ਖਹਿਰਾ, ਰਾਜਾ ਬਿਲਡਿੰਗ ਪੰਜਾਬ ਦੇ ਪ੍ਰਧਾਨ ਨੇ, ਦੋਨਾਂ ਦੀ ਜਦੋਂ ਟਕਰਾਅ ਹੁੰਦਾ ਹੈ, ਉਦੋਂ ਫਿਰ ਲੱਗਦਾ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਉਸ ਪਾਰਟੀ ਬਾਰੇ ਇਸ ਵੇਲੇ ਜਦੋਂ ਕਿ ਇਲੈਕਸ਼ਨ ਦਾ ਮੌਕਾ ਹੈ, ਉਦੋਂ ਕੀ ਚੱਲ ਰਿਹਾ ਹੋਏਗਾ। ਇਹ ਚਰਚਾ ਆਪਾਂ ਜਾਰੀ ਰੱਖਦੇ ਹਾਂ, ਇੱਕ ਬ੍ਰੇਕ ਹੋਰ ਲੈ ਲਈਏ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਵਿਨੋਦ ਭਾਰਤੀ ਜੀ, ਕਾਂਗਰਸ ਪਾਰਟੀ ਫਿਰ ਇਹ ਕਿਵੇਂ ਹੁਣ ਕਿਹਦੀ ਮੰਨੀਏ? ਸੁਖਪਾਲ ਖਹਿਰਾ ਵੀ ਤੁਹਾਡਾ ਲੀਡਰ ਹੈ ਔਰ ਰਾਜਾ ਬਿੜਿੰਗ ਵੀ, ਉਹ ਕੁਛ ਹੋਰ ਕਹਿੰਦਾ, ਉਹ ਕੁਛ ਹੋਰ ਕਹਿੰਦੇ ਨੇ, ਕੀ ਮੰਨੀਏ, ਕਿੰਨਾ ਦੀ ਮੰਨੀਏ? ਮੇਰਾ ਖਿਆਲ ਹੈ ਵਾਲੀਆ ਸਾਹਿਬ, ਜਦੋਂ ਸੁਖਪਾਲ ਖਹਿਰਾ ਨੇ ਇਹ ਗੱਲ ਕਹੀ ਕਿ ਮੈਂ ਜੋ ਕਿਹਾ ਸੀ ਉਹ ਨਹੀਂ ਛਾਪਿਆ ਗਿਆ, ਜੋ ਮੈਂ ਨਹੀਂ ਕਿਹਾ ਉਹ ਛਾਪਿਆ ਗਿਆ, ਤਾਂ ਔਰ ਰਾਜਾ ਬਿੜਿੰਗ ਜੀ ਨੇ ਪਾਰਟੀ ਦਾ ਸਟੈਂਡ ਕਲੀਅਰ ਕਰਤਾ, ਪੰਜਾਬ ਦੇ ਸਾਬਕਾ ਸਪੀਕਰ ਨੇ ਵੀ ਆਪਣਾ ਸਟੈਂਡ ਕਲੀਅਰ ਕਰਤਾ, ਸਾਬਕਾ ਮੰਤਰੀ ਨੇ ਵੀ ਆਪਣਾ ਸਟੈਂਡ ਕਲੀਅਰ ਕਰਤਾ, ਤਾਂ ਇਸ ਤੋਂ ਬਾਅਦ ਹੁਣ ਹੋਰ ਕੋਈ ਖਰਚਾ ਰਹਿ ਨਹੀਂ ਜਾਂਦਾ, ਕਿਉਂਕਿ ਬੀਜੇਪੀ ਨੇ, ਮੇਰੇ ਮਿੱਤਰ ਨਾਰੰਗ ਸਾਹਿਬ ਉਹਨਾਂ ਨੇ ਕਿਹਾ ਜੀ ਇਹਨਾਂ ਲਈ ਡਬਲ ਨੀਤੀ ਹੈ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਹਿਮਾਚਲ 'ਚ ਜਿਹੜਾ ਸਟੇਟਸ ਹੈ ਉਹ ਸ਼ਾਂਤਾ ਕੁਮਾਰ ਜੀ ਦੇ ਟਾਈਮ ਆਇਆ ਕਿ ਇੱਥੇ ਜਿਹੜਾ ਨਾਨ ਹਿਮਾਚਲੀ ਹੈ ਉਹ ਜਗ੍ਹਾ ਨਹੀਂ ਖਰੀਦ ਸਕਦਾ, ਉਹ ਇੱਥੇ ਐਕਟੀਵਿਟੀਜ਼ ਨਹੀਂ ਕਰ ਸਕਦਾ, ਤਾਂ ਜਿਹੜੇ ਹੁਣ ਇੰਡਸਟਰੀਅਲ ਉੱਥੇ ਕੱਟੇ ਗਏ ਉਹਨਾਂ ਤੋਂ ਐਫੀਡੇਵਿਟ ਲੈ ਕੇ ਤਾਂ ਪਹਿਲਾਂ ਜਗ੍ਹਾ ਦਿੱਤੀਆਂ ਗਈਆਂ, ਉਸ ਤੋਂ ਬਾਅਦ ਫਿਰ ਇਹਨਾਂ ਨੇ ਕਿਹਾ ਜੀ ਵੀ ਸਾਡਾ ਜਿਹੜਾ ਹਿਮਾਚਲੀ ਹੈ ਉਹ 51% ਦਾ ਪਾਰਟਨਰ ਹੋਊਗਾ ਤੇ 49% ਵਾਲਾ ਦੂਸਰਾ ਆ ਕੇ ਇੱਥੇ ਆਪਣੀ ਇੰਡਸਟਰੀ ਲਾ ਸਕਦਾ। ਫਿਰ ਉਹਨਾਂ ਨੇ ਬੰਦੇ ਲੱਭੇ 51% ਵਾਲੇ, ਹੁਣ ਉਹ ਬੰਦੇ ਦਾ ਬੋਗਸ ਹੀ ਸੀਗੇ, ਉਹਦਾ ਜਿਹੜਾ ਕਾਨੂੰਨ ਹੈ ਕਾਨੂੰਨ ਕੁਛ ਹੋਰ ਕਹਿੰਦਾ, ਇਹਨਾਂ ਦਾ ਆਪਣਾ ਪ੍ਰੈਕਟੀਕਲ ਕੁਛ ਹੋਰ ਕਹਿੰਦਾ। ਉੱਤਰਾਖੰਡ 'ਚ ਵੀ ਇਹ ਬੀਜੇਪੀ ਦੀ ਡਿਮਾਂਡ 'ਤੇ ਹੀ ਸਪੈਸ਼ਲ ਬਣਾਇਆ ਗਿਆ ਕਾਨੂੰਨ, ਔਰ ਗੁਜਰਾਤ ਵਾਲੀ ਗੱਲ ਜਿਹੜੀ ਸਿੱਧੂ ਸਾਹਿਬ ਨੇ ਕਹੀ ਹੈ, ਜਦੋਂ ਲਾਲ ਬਹਾਦਰ ਸ਼ਾਸਤਰੀ ਜੀ ਨੇ ਉੱਥੇ ਉਹਨਾਂ ਮਿਹਨਤਕਸ਼ ਪੰਜਾਬੀਆਂ ਨੂੰ, ਪੰਜਾਬ ਦੇ ਕਿਸਾਨਾਂ ਨੂੰ ਜਗ੍ਹਾ ਦਿੱਤੀ ਵੀ ਤੁਸੀਂ ਇਹ ਜਗ੍ਹਾ ਆਬਾਦ ਕਰੋ, ਉਹਨਾਂ ਨੇ ਆਬਾਦ ਕਰ ਲਈ, ਮਿਹਨਤ ਕੀਤੀ, ਪਥਰੀਲੀ ਜਗ੍ਹਾ ਤੇ ਜਾ ਕੇ ਫਸਲ ਉਗਾਤੀ, ਹਰਿਆਲੀ ਕਰਤੀ, ਤਾਂ ਉਸ ਤੋਂ ਬਾਅਦ ਮੋਦੀ ਸਾਹਿਬ ਜਦੋਂ ਚੀਫ ਮਿਨਿਸਟਰ ਸੀਗੇ ਇਹਨਾਂ ਨੇ ਕਿਹਾ ਵੀ ਹੁਣ ਇਹਨਾਂ ਦਾ ਕੰਮ ਖਤਮ ਹੈ, ਇਹਨਾਂ ਨੂੰ ਇਹ ਜਗ੍ਹਾ ਜਿਹੜੀ ਹੈ ਇਹਨਾਂ ਤੋਂ ਵਾਪਸ ਲੈ ਲਿੱਤੀ ਜਾਵੇ। ਜੇਕਰ ਕੋਰਟ ਵਿੱਚ ਉਹ ਨਾ ਜਾਂਦੇ
ਇਹਨਾਂ ਨੇ ਤਾਂ ਘਰੋਂ ਬੇਘਰ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਸੀ। ਇਹਨਾਂ ਦਾ ਬੋਲਣ ਦਾ ਹੱਕ ਹੀ ਨਹੀਂ, ਕਿਉਂਕਿ ਇਹਨਾਂ ਨੇ ਤਾਂ ਉਹ ਗੱਲ ਕਰਨੀ ਹੈ ਜਿਹੜੀ ਵਿਨੋਦ ਭਾਰਤੀ ਦੀ, ਵਿਨੋਦ ਭਾਰਤੀ ਦੀ ਇੱਥੇ ਤੁਹਾਨੂੰ ਵੀ ਮੈਂ ਕਹਿੰਦਾ ਸਤਪਾਲ ਸਿੱਧੂ ਵੀ ਤੇ ਇਹ ਵੀ ਅਧੂਰੀ ਗੱਲ ਦੱਸ ਕੇ ਗਏ ਨੇ। ਪਹਿਲੇ ਦੱਸ ਕੇ ਜਦੋਂ ਇਹ ਕੋਰਟ ਦੇ ਵਿੱਚ ਪੰਜਾਬੀ ਕਿਸਾਨ ਜਿੱਤ ਗਏ ਉੱਥੇ, ਉਸ ਤੋਂ ਬਾਅਦ ਮੋਦੀ ਸਾਹਿਬ ਕਿਸਾਨਾਂ ਦੇ ਖਿਲਾਫ, ਕਿਸਾਨਾਂ ਦੇ ਖਿਲਾਫ ਮੋਦੀ ਸਾਹਿਬ ਜਿਹੜੇ ਚੀਫ ਮਿਨਿਸਟਰ ਸੀ ਉਹ ਸੁਪਰੀਮ ਕੋਰਟ ਚ ਗਏ ਨੇ, ਔਰ ਉਸ ਵੇਲੇ ਗਏ ਨੇ ਜਦੋਂ ਮੋਗਾ ਦੇ ਵਿੱਚ ਤੁਹਾਡੇ ਯਾਦ ਹੋ ਮੋਦੀ ਸਾਹਿਬ ਦੇ ਨਾਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬੈਠੇ ਸੀ, ਜਦੋਂ ਰੌਲਾ ਪਿਆ ਸੀ ਵੀ ਦੋ ਮਿੰਟ ਪੱਗ ਲਾ ਕੇ ਉਹਨੇ ਸਾਈਡ ਤੇ ਰੱਖਤੀ ਸੀ। ਤੋ ਉਸ ਵੇਲੇ ਕਿ ਇੱਕ ਪਾਸੇ ਪੰਜਾਬ ਦੇ ਵਿੱਚ ਪੰਜਾਬੀ ਕਿਸਾਨ, ਉੱਥੇ ਪੰਜਾਬੀ ਕਿਸਾਨਾਂ ਦਾ ਵਿਰੋਧ, ਉੱਥੇ ਆਮ ਆਦਮੀ ਪਾਰਟੀ ਦਾ ਰੋਪੜ ਦਾ ਨਾਮ ਮੈਂ ਭੁੱਲ ਰਿਹਾ ਸ਼ਾਇਦ ਸ਼ੇਰ ਗਿੱਲ, ਉਸ ਨੇ ਉਹਨਾਂ ਕਿਸਾਨਾਂ ਦਾ ਕੇਸ ਲੜਿਆ ਤੇ ਉੱਥੇ ਲਗਾਤਾਰ ਇਹ ਗੱਲ ਕੀਤੀ ਸੀ। ਖੈਰ ਇਹ ਸਾਰੇ ਕਿਤੇ ਚੱਲਦਾ, ਇਹਦੇ ਚ ਨਹੀਂ। ਜੋ ਵਿਨੋਦ ਭਾਰਤੀ ਜੀ ਕਹਿ ਰਹੇ ਨੇ ਉਹ ਗੱਲ ਸਹੀ ਨਹੀਂ ਹੈ, ਕਿਉਂਕਿ ਅੱਜ ਕੱਲ ਪੱਤਰਕਾਰੀ ਦੇ ਵਿੱਚ ਮੁਕਰਨਾ ਬਹੁਤ ਔਖਾ ਹੋ ਗਿਆ। ਕੋਈ ਰਿਟਨ ਸਟੇਟਮੈਂਟ ਜਾਂ ਅਖਬਾਰ ਨੇ ਛਾਪੀ ਹੈ ਜਾਂ ਨਹੀਂ ਛਾਪਣ ਦਾ ਕੋਈ ਫਰਕ ਨਹੀਂ ਪੈਂਦਾ, ਜੋ ਤੁਸੀਂ ਕੁਛ ਬੋਲਦੇ ਹੋ ਉਹ ਤਾਂ ਨਹੀਂ ਉਹ ਬੰਦਾ ਘੜਾਉਂਦਾ, ਉਹ ਸਾਰਾ ਕੁਛ ਰਿਕਾਰਡ ਹੁੰਦਾ। ਤੋ ਇਸ ਕਰਕੇ ਇਹ ਕਹਿਣਾ ਕਿ ਉਹਨਾਂ ਨੇ ਗਲਤ ਸ਼ਬਦ ਬੋਲਿਆ ਤਾਂ ਨਹੀਂ, ਗਲਤ ਗਿਆ, ਸੋ ਇਸ ਕਰਕੇ ਉਹ ਗਲਤ ਨਹੀਂ ਹੈ। ਹਾਂ, ਉਦੋਂ ਬਾਅਦ ਤੁਸੀਂ ਬੈਕ ਆਊਟ ਕਰ ਦਿਓ, ਕੀ ਕਰ ਦਿਓ, ਵੋਟਾਂ ਦੀ ਖਾਤਰ ਜੋ ਮਰਜ਼ੀ ਕਰ ਦਿਓ, ਉਹ ਗੱਲ ਵੱਖਰੀ ਹੈ। ਜਿਹੜਾ ਵੈਸੇ ਉਹ ਗੱਲ ਕਰਨੀ ਵੀ ਮੈਂ ਹਾਲਾਂਕਿ ਸੰਦਰਭ ਨਹੀਂ, ਪਰ ਜਿਹੜੇ ਵੱਡੇ ਲੀਡਰ ਹੁੰਦੇ ਨੇ ਨਾ ਉਹਨਾਂ ਨੂੰ ਇਹ ਗੱਲ ਕਰਨੀ ਜਾਂ ਮੁਕਰਨੀ ਵੀ ਆਉਂਦੀ ਹੁੰਦੀ ਹੈ। ਇੱਕ ਵਾਰ ਦੀ ਗੱਲ ਹੈ ਕਿ ਅਟਲ ਬਿਹਾਰੀ ਵਾਜਪਾਈ ਸਾਹਿਬ ਉਹ ਕਿਤੇ ਹੁਣ ਦੇਸ਼ ਦਾ ਪ੍ਰਧਾਨ ਮੰਤਰੀ ਕਹਿ ਦੇ ਕਿ ਮੈਂ ਤਾਂ ਸਵੈਮ ਸੇਵਕ ਹਾਂ, ਰੌਲਾ ਪੈ ਗਿਆ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਕਹਿਤਾ ਸਵੈਮ ਸੇਵਕ ਹੈ, ਤੇ ਜਦੋਂ ਪ੍ਰੈਸ ਵਾਲਿਆਂ ਨੇ ਪੁੱਛਿਆ ਕਿ ਮੋਦੀ ਸਾਹਿਬ ਨੇ, ਉਹਨਾਂ ਨੂੰ ਤਾਂ ਕੋਈ ਵੀ ਪੁੱਛ ਸਕਦਾ ਸੀ ਨਾ, ਮੋਦੀ ਸਾਹਿਬ ਆ ਜਿਹੜੇ ਨਹੀਂ ਪ੍ਰੈਸ ਕਾਨਫਰੰਸ ਕਰਦੇ ਉਸ ਕਰ ਸਕਦੇ ਕਰਦੇ ਸੀ, ਉਹ ਉੱਥੇ ਹੈਰਾਨੀ ਹੋਈ, ਉਹ ਕਹਿੰਦੇ ਹਾਂ ਮੈਂ ਸਵੈਮ ਸੇਵਕ ਹਾਂ, ਮੈਂ ਕਦੋਂ ਕਹਾਂ ਮੈਂ ਨਹੀਂ, ਪਰ ਮੈਂ ਭਾਰਤ ਮਾਂ ਦਾ ਸਵੈਮ ਸੇਵਕ ਹਾਂ। ਉਹਨਾਂ ਨੇ ਇਸ ਤਰੀਕੇ ਨਾਲ ਗੱਲ ਨੂੰ ਮੋਲਡ ਕਰ ਲਿਆ, ਤੇ ਮੋਲਡ ਕਰਨੀ ਆਉਣੀ ਹੁੰਦੀ ਹੈ, ਤੇ ਇਹ ਨਹੀਂ ਜਿਹੜਾ ਇਹ ਕਹਿਣਾ ਕਿ ਉਹਨਾਂ ਨੇ ਗਲਤ ਛਾਪੀ ਹੈ। ਖੈਰ ਤੁਹਾਡੇ ਤੇ ਨਾਰਗ ਸਾਹਿਬ ਵਿਨੋਦ ਭਾਰਤੀ ਸਾਹਿਬ ਨੇ ਜੋ ਦੋ ਤਿੰਨ ਪੁਆਇੰਟ ਉਠਾਏ ਨੇ, ਦੋ ਤਿੰਨ ਮਿੰਟ ਚ ਜਵਾਬ, ਕਿਉਂਕਿ ਮੈਂ ਸਾਰਾ ਭੁੱਲ ਜਾਣਾ। ਦੇਖੋ ਵਾਲੀਆ ਜੀ, ਅੱਜ ਆਪਾਂ ਜਿਹੜੇ ਮੁੱਦੇ ਤੇ ਡਿਬੇਟ ਕਰ ਰਹੇ ਹਾਂ, ਜਿਹਨਾਂ ਸਟੇਟਾਂ ਦੇ ਵਿੱਚ ਇਹ ਕਾਨੂੰਨ ਲਾਗੂ ਹੈਗਾ ਉਹ ਹੈਗਾ ਆ, ਇਹਨਾਂ ਦੀ ਸਮੱਸਿਆ ਇਹ ਆ ਵੀ ਆਪਣਾ ਜਵਾਬ ਦੇਣ ਦੀ ਬਜਾਏ ਮਸਾਲਾ ਗਿਣਨ ਲੱਗ ਜਾਂਦੇ, ਚਾਹੇ ਹੋਣ ਚਾਹੇ ਮਲਹੋਤਰਾ ਜੀ ਦੀ ਪਾਰਟੀ ਵਾਲੇ ਹੋਣ। ਤੁਸੀਂ ਇਹਨਾਂ ਨੂੰ ਪੁੱਛੋਗੇ ਨਾ ਵੀ ਸਵਾਤੀ ਮਾਲੀਵਾਲ ਤੇ ਤੁਹਾਨੂੰ ਸ਼ਰਮ ਆਉਂਦੀ ਹੈ, ਕਹਿਣਗੇ ਇਹ ਨਹੀਂ ਕਹਿਣਗੇ ਤੁਹਾਨੂੰ ਸ਼ਰਮ ਆਉਂਦੀ ਆ, ਇਹ ਕਹਿਣਗੇ ਜੀ ਹੋਰ ਤੁਹਾਨੂੰ 10 ਇੰਸੀਡੈਂਟ ਕਰਾ ਦੇਣਗੇ ਕਿ ਕਿਆ ਤੁਸੀਂ ਉਹਨਾਂ ਬਾਰੇ ਤੁਹਾਡਾ ਕੀ ਬੋਲਣਾ। ਗੱਲ ਇਹ ਆ ਵੀ ਇਹਨਾਂ ਕੋਲ ਸਵਾਲ ਦਾ ਜਵਾਬ ਨਹੀਂ ਹੁੰਦਾ, ਸਵਾਲ ਦੇ ਜਵਾਬ ਦੇ ਵਿੱਚ ਸਵਾਲ ਕਰਦੇ ਨੇ, ਇਸ ਤੋਂ ਇਲਾਵਾ ਇਹਨਾਂ ਦਾ ਕੋਈ ਕੰਮ ਨਹੀਂ ਆ। ਮਤਲਬ ਫਿਰ ਇੱਕ ਗੱਲ ਕਹਿੰਦਾ, ਇਹ ਸੋਚਿਆ ਸਮਝਿਆ ਸਾਜਿਸ਼ ਆ ਵਾਲੀ ਆ ਜੀ, ਕਿਉਂਕਿ ਇਹਨਾਂ ਨੇ ਇਲੈਕਸ਼ਨਾਂ ਦੇ ਵਿੱਚ ਬੈਨੀਫਿਟ ਲੈਣ ਲਈ ਜਾਤ ਦੇ ਨਾਂ ਤੇ, ਕਾਸਟ ਦੇ ਨਾਂ ਤੇ, ਆਪਣਾ ਕਲਚਰ ਦੇ ਨਾਂ ਤੇ ਬੈਨੀਫਿਟ ਲੈਣ ਲਈ ਸੁਖਪਾਲ ਖਹਿਰਾ ਜੀ ਨੇ ਬਿਆਨ ਦਿੱਤਾ, ਔਰ ਰਾਜਾ ਵੜਿੰਗ ਜੀ ਵੀ ਉਹੀ ਕਰ ਰਹੇ ਨੇ। ਕਿਉਂਕਿ ਇਹਨਾਂ ਦੇ ਵਿੱਚ ਨਾ ਵਾਲੀਆ ਜੀ ਇੱਕ ਬੜੀ ਹਿਡਨ ਚੱਲ ਰਹੀ ਆ ਕਿ ਰਾਜਾ ਵੜਿੰਗ ਜੀ ਪੂਰਾ ਜ਼ੋਰ ਲਾ ਰਹੇ ਨੇ ਕਿ ਸੰਗਰੂਰ ਤੋਂ ਸੁਖਪਾਲ ਖਹਿਰਾ ਹਰ ਜਾਏ, ਉਹਦੇ ਲਈ ਉਹ ਭਗਵੰਤ ਮਾਨ ਦੀ
ਅੱਗੇ ਉਹ ਪਿੱਛੋਂ ਜਿਹੜੇ ਵੀ ਤਰੀਕੇ ਨਾਲ ਮਦਦ ਕਰ ਸਕਦੇ ਨੇ ਕਰ ਰਹੇ ਨੇ, ਜਿਹੜਾ ਗੋਲਡੀ ਗਿਆ ਉਹ ਵੀ ਇਹਦਾ ਹੀ ਇੱਕ ਹੈਗਾ। ਉਹ ਉਹਦੇ ਏਵਜ ਦੇ ਵਿੱਚ ਉਹਨਾਂ ਕੋਲ ਲੁਧਿਆਣੇ ਦੇ ਵਿੱਚ ਸਪੋਰਟ ਭਾਲਦੇ ਨੇ ਕਿਉਂਕਿ ਲੁਧਿਆਣੇ ਦੇ ਵਿੱਚ ਮੇਰੀ ਮਦਦ ਕਰੋ। ਇਹ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਔਰ ਕਾਂਗਰਸ ਦਾ ਸਮਝੌਤਾ ਹੋਇਆ ਹੋਇਆ ਕਿ ਰਾਜਾ ਵੜਿੰਗ ਨੇ ਭਗਵੰਤ ਮਾਨ ਸਾਹਿਬ ਕੋ ਸਰੈਂਡਰ ਕਰਕੇ ਸਮਝੌਤਾ ਕੀਤਾ ਹੋਇਆ ਕਿ ਤੁਸੀਂ ਮੈਨੂੰ ਲੁਧਿਆਣੇ ਦੇ ਵਿੱਚ ਜਿਤਾਉਣ ਚ ਮਦਦ ਕਰੋ, ਮੈਂ ਸੰਗਰੂਰ ਚ ਤੁਹਾਡੀ ਮਦਦ ਕਰੂੰਗਾ। ਜਿੱਤਣਾ ਨਾ ਇਹਨਾਂ ਨੇ ਲੁਧਿਆਣੇ ਤੋਂ ਆ ਨਾ ਸੰਗਰੂਰ ਤੋਂ ਜਿੱਤਣਾ, ਪਰ ਇੱਕ ਜਿਹੜੀ ਪਰਦੇ ਦੇ ਪਿੱਛੇ ਜਿਹੜੀ ਗੰਦੀ ਰਾਜਨੀਤੀ ਖੇਲ ਰਹੇ ਆ ਨਾ ਦੋਨੋਂ ਜਣੇ ਮਿਲ ਕੇ, ਰਾਜਾ ਵੜਿੰਗ ਸਾਹਿਬ ਤੇ ਆਪਣਾ ਭਗਵੰਤ ਮਾਨ ਸਾਹਿਬ, ਕਿਉਂਕਿ ਹੈ ਤਾਂ ਸਮਝੌਤਾ ਹੀ ਹੈ ਨਾ ਕਿ ਚਾਹੇ ਇੱਥੋਂ ਕੋਈ ਜਿੱਤਿਆ ਜਾਂ ਉੱਥੋਂ ਕੋਈ ਜਿੱਤਿਆ, ਜਾਣੇ ਤਾਂ ਇੱਕੋ ਹੀ ਪਾਸੇ ਨੇ। ਤੇ ਪੰਜਾਬ ਦੇ ਲੋਕਾਂ ਨੂੰ ਇਹ ਬੇਵਕੂਫ ਬਣਾ ਰਹੇ ਨੇ। ਸੁਖਪਾਲ ਖਹਿਰਾ ਇਹਦੇ ਵਿੱਚ ਜੋ ਬੋਲ ਰਿਹਾ ਉਹੀ ਹੈ ਜੋ ਕਾਂਗਰਸ 70 ਸਾਲ ਤੋਂ ਕਰਦੀ ਆਈ। ਨਾਰਾਇਣ ਸਾਹਿਬ ਤੁਸੀਂ ਇੱਕ ਨਵਾਂ ਐਂਗਲ ਦੇਤਾ। ਖੈਰ ਦੂਜੀ ਮਿਸਾਲ ਦੇਣ ਲੱਗ ਜਾਣਗੇ, ਆਪਣਾ ਜਵਾਬ ਨੀ ਦੇਣਗੇ। ਇਹਨਾਂ ਨੂੰ ਸ਼ਰਮ ਨੀ ਹੈ, ਇਹਨਾਂ ਨੇ ਸ਼ਰਮ ਲਾਈ ਪਈ ਬਿਲਕੁਲ ਹੀ। ਤੇ ਬਾਕੀ ਮੈਨੂੰ ਲੱਗਦਾ ਕਿ ਪੂਰੀ ਮਿਲੀ ਹੈ ਖਹਿਰਾ ਸਾਹਿਬ ਨੂੰ ਵੀ ਕਿ ਬਈ ਜਿਸ ਤਰ੍ਹਾਂ ਦੀ ਪੋਲਰਾਈਜੇਸ਼ਨ ਦੀ ਕੋਸ਼ਿਸ਼ ਭਾਜਪਾ ਕਰਦੀ ਹੈ ਉਹੋ ਜਿਹੀ ਪੋਲਰਾਈਜੇਸ਼ਨ ਦੀ ਕੋਸ਼ਿਸ਼ ਜਿਹੜੀ ਹੈ ਖਹਿਰਾ ਸਾਹਿਬ ਕਰ ਰਹੇ ਆ। ਔਰ ਤੁਸੀਂ ਦੇਖ ਲਓ ਕਿੰਨਾ ਸਪਸ਼ਟ ਹੈ ਕਿ ਖਹਿਰਾ ਸਾਹਿਬ ਦੇ ਫੇਵਰ ਚ ਕਿੰਨਾ ਬੋਲ ਰਹੇ ਹੈ। ਹਾਂਜੀ, ਮੇਰਾ ਖਿਆਲ ਹੈ ਕਿ ਮਲਹੋਤਰਾ ਸਾਹਿਬ ਸ਼ਾਇਦ ਉਹਨਾਂ ਦਾ ਸੰਪਰਕ ਨਹੀਂ ਰਿਹਾ ਇਨ ਦਾ ਮੀਨ ਟਾਈਮ। ਆਪਾਂ ਕਿਉਂਕਿ ਮਠਾਰੂ ਸਾਹਿਬ ਵੀ ਕਾਫੀ ਚਿਰ ਤੋਂ ਬੈਠੇ ਨੇ, ਉਹਨਾਂ ਦੀ ਆਪਾਂ ਸਟੇਟਮੈਂਟ ਲਈਏ। ਮਠਾਰੂ ਸਾਹਿਬ, ਸ਼੍ਰੋਮਣੀ ਅਕਾਲੀ ਦਲ ਵਾਲੀਆ ਸਾਹਿਬ, ਮੈਂ ਨਾ ਸਾਰਿਆਂ ਨੂੰ ਸੁਣ ਰਿਹਾ ਸੀ। ਮੈਂ ਖਹਿਰਾ ਸਾਹਿਬ ਦਾ ਬਿਆਨ ਵੀ ਸੁਣਿਆ, ਇਹਨਾਂ ਦੇ ਰਾਜਾ ਵੜਿੰਗ ਦਾ ਵੀ ਬਿਆਨ ਸੁਣਿਆ, ਭਗਵੰਤ ਮਾਨ ਸਾਹਿਬ ਦਾ ਵੀ ਸੁਣਿਆ, ਸਾਰਿਆਂ ਦਾ ਸੁਣਿਆ। ਜਿਹੜੀ ਗੱਲ ਨਾਰੰਗ ਸਾਹਿਬ ਕਹਿ ਰਹੇ ਸੀ, ਪਹਿਲੀ ਗੱਲ ਤਾਂ ਵਾਲੀਆ ਸਾਹਿਬ ਮੈਂ ਇੱਕ ਗੱਲ ਕਲੀਅਰ ਕਰਦੇ ਹਾਂ, ਜਿਹੜੀਆਂ ਦਿੱਲੀ ਵਾਲੀਆਂ ਤਿੰਨੋ ਪਾਰਟੀਆਂ ਨੇ ਨਾ, ਪੰਜਾਬ ਉਹਦੇ ਨਾਲ ਲੜ ਰਿਹਾ ਦਿੱਲੀ ਵਾਲੀਆਂ ਪਾਰਟੀਆਂ ਨਾਲ। ਔਰ ਜਿਹੜੀਆਂ ਦਿੱਲੀ ਵਾਲੀਆਂ ਪਾਰਟੀਆਂ ਦੇ ਨੁਮਾਇੰਦੇ ਪੰਜਾਬ ਦੇ ਵਿੱਚ ਬੈਠੇ ਹੋਏ ਆ ਨਾ, ਚਾਹੇ ਉਹ ਖਹਿਰਾ ਸਾਹਿਬ ਹੋਣ, ਚਾਹੇ ਵੜਿੰਗ ਸਾਹਿਬ ਹੋਣ, ਚਾਹੇ ਬੀਜੇਪੀ ਕਿਸੇ ਵੀ ਪਾਰਟੀ ਦੇ, ਚਾਹੇ ਭਗਵੰਤ ਮਾਨ, ਉਹ ਪੰਜਾਬ ਨੂੰ ਇਹ ਦਿਖਾਉਣਾ ਚਾਹੁੰਦੇ ਆ ਕਿ ਭਾਈ ਅਸੀਂ ਤੁਹਾਡੇ ਨਾਲ। ਪਰੰਤੂ ਜਦੋਂ ਦਿੱਲੀ ਤੋਂ ਉੱਪਰੋਂ ਇਹਨਾਂ ਨੂੰ ਭੁਰਕੀ ਆ ਜਾਂਦੀ ਹੈ, ਫਿਰ ਬਿਆਨ ਦੀਆਂ ਇੱਕ ਬੰਦਾ ਸਫਾਈਆਂ ਦੇਣ ਲੱਗ ਪੈਂਦਾ। ਸੋ ਸ਼ੋ ਇਹ ਕਰਦੇ ਆ ਕਿ ਅਸੀਂ ਪੰਜਾਬ ਨਾਲ ਆ, ਪਰ ਅਸਲ ਵਿੱਚ ਇਹ ਦਿੱਲੀ ਨਾਲ ਆ। ਦੂਜੀ ਗੱਲ, ਜਿਹੜੀ ਨਾਰੰਗ ਸਾਹਿਬ ਨੇ ਇੱਕ ਗੱਲ ਕਹੀ ਕਿ ਇਹ ਇਕੱਠੇ ਹੀ ਨੇ, ਇਹਦੇ ਗੱਲ ਵਿੱਚ ਮੈਂ ਬਿਲਕੁਲ ਸਹਿਮਤ ਹਾਂ, ਕਿਉਂਕਿ ਅੰਮ੍ਰਿਤਸਰ ਸੀਟ ਦੇ ਉੱਪਰ ਤਿੰਨ ਜਿਹੜੇ ਬੰਦੇ ਆਪਣੇ ਕੁਲਦੀਪ ਧਾਲੀਵਾਲ ਦੀ ਕੰਪੇਨ ਚਲਾ ਰਹੇ ਸੀ, ਉਹਨਾਂ ਦੇ ਨਾਲ ਸਟੇਜ ਤੇ ਖੜੇ ਸੀ, ਉਸੇ ਦਿਨ ਜਿਹੜੇ ਔਜਲਾ ਸਾਹਿਬ ਹੈਗੇ ਕਾਂਗਰਸ ਦੇ, ਉਹਨਾਂ ਦੇ ਨਾਲ ਕੰਪੇਨ ਕਰ ਰਹੇ ਸੀ, ਉਹਨਾਂ ਦੀਆਂ ਫੋਟੋਆਂ ਨਿਊਜ਼ ਚੈਨਲਾਂ ਦੇ ਉੱਪਰ ਵਾਇਰਲ ਹੋਈਆਂ, ਨਿਊਜ਼ ਚੈਨਲਾਂ ਦੇ ਉੱਪਰ ਇਹ ਚੱਲੀਆਂ। ਇਸੇ ਕਰਕੇ ਜਿਹੜੀਆਂ ਵੱਖੋ ਵੱਖ ਸੀਟਾਂ ਜਿਹੜੀਆਂ ਹੈਗੀਆਂ ਨੇ ਕਾਂਗਰਸ ਨੇ, ਜਿਵੇਂ ਚੰਨੀ ਨੂੰ ਜਲੰਧਰ ਭੇਜਣਾ ਪਿਆ, ਰਾਜੇ ਵੜਿੰਗ ਨੂੰ ਲੁਧਿਆਣੇ ਭੇਜਣਾ ਪਿਆ, ਸੋ ਇਹ ਸੈਟਿੰਗਾਂ ਕਰਕੇ ਕਿ ਕਿੱਥੇ ਕਿਹਨੂੰ ਕਿਵੇਂ ਵੋਟ ਟ੍ਰਾਂਸਫਰ ਕਰਨੀ ਹੈ, ਇਹ ਲੋਕ ਬੜੇ ਸ਼ਾਤਰ ਨੇ, ਪਰੰਤੂ ਪੰਜਾਬ ਦੇ ਲੋਕ ਸਮਝ ਰਹੇ ਆ। ਖਹਿਰਾ ਸਾਹਿਬ ਇਹੋ ਜਿਹੀਆਂ ਗੱਲਾਂ ਕਰਕੇ ਜਾਂ ਵੜਿੰਗ ਸਾਹਿਬ ਇਹੋ ਜਿਹੀਆਂ ਗੱਲਾਂ ਕਰਕੇ ਜਾਣ ਬੁੱਝ ਕੇ ਜੋ ਆਮ ਆਦਮੀ ਪਾਰਟੀ ਦੇ ਲੋਕ ਵਿਰੁੱਧ ਨੇ, ਆਮ ਆਦਮੀ ਪਾਰਟੀ ਨੇ ਜੋ ਪੰਜਾਬ ਦੇ ਵਿੱਚ ਗਰੰਟੀਆਂ ਜਾਂ ਵਾਅਦੇ ਕੀਤੇ ਸੀ ਪੂਰੇ ਨਹੀਂ ਕੀਤੇ, ਲੋਕ ਉਹਨਾਂ ਦਾ ਹਿਸਾਬ ਮੰਗ ਰਹੇ ਆ, ਤੇ ਇਹ ਲੋਕਾਂ ਨੂੰ ਉਸ ਤੋਂ ਧਿਆਨ ਤੋਂ ਹਟਾਉਣ ਵਾਸਤੇ ਇਹੋ ਜਿਹੀਆਂ ਕੋਝੀਆਂ ਚਾਲਾਂ ਚੱਲਣ ਦੀ ਕੋਸ਼ਿਸ਼ ਕਰ ਰਿਹਾ। ਆਖਰ ਦੇ ਵਿੱਚ ਮਿਲੇ ਸਾਰੇ ਇਕੱਠੇ ਹੀ ਆ, ਹੈ ਇਕੱਠੇ ਹੀ ਇਹ,
ਕਿਉਂਕਿ ਪੰਜਾਬ ਦੇ ਅਸਲ ਮੁੱਦਿਆਂ ਤੇ ਧਿਆਨ ਭਟਕਾਉਣ ਵਾਸਤੇ ਇਹ ਇਹੋ ਜਿਹੀਆਂ ਹਰਕਤਾਂ ਕਰਦੇ ਵਾਲੀਆ ਸਾਹਿਬ ਜੋ ਪਰ ਪੰਜਾਬ ਦੇ ਲੋਕ ਦੇਖ ਰਹੇ ਆ। ਸ਼੍ਰੋਮਣੀ ਪੰਜਾਬ ਦੀ ਲੜਾਈ ਲੜ ਰਿਹਾ ਔਰ ਲੜਦਾ ਰਹੂਗਾ, ਦਿੱਲੀ ਦੀਆਂ ਸਾਰੀਆਂ ਪਾਰਟੀਆਂ ਨੂੰ ਪੰਜਾਬ ਇਸ ਵਾਰ ਨਕਾਰੇਗਾ, ਤੁਸੀਂ ਧਿਆਨ ਨਾਲ ਦੇਖਿਓ। ਜੀ ਬਿਲਕੁਲ, ਅਸੀਂ ਦੇਖ ਰਹੇ ਹਾਂ ਜੀ, ਅਸੀਂ ਤਾਂ ਦੇਖੋ ਸਾਡਾ ਕੰਮ ਹੀ ਦੇਖਣਾ ਹੈ ਤੇ ਦੇਖ ਕੇ ਲੋਕਾਂ ਨੂੰ ਦੱਸਣਾ, ਬਿਲਕੁਲ ਦੇਖ ਰਹੇ ਹਾਂ। ਮਲਹੋਤਰਾ ਸਾਹਿਬ ਥੋੜੀ ਜਿਹੀ ਆਵਾਜ਼ ਆ ਗਈ, ਆਪਣੀ ਗੱਲ ਪੂਰੀ ਕਰ ਲਓ। ਅੱਛਾ ਸਰ, ਮੇਰੀ ਬਿਲਕੁਲ ਵੀ ਸਟੇਟਮੈਂਟ ਨਹੀਂ ਸੀ ਸੁਣੀ ਗਈ, ਮੈਨੂੰ ਪਤਾ ਨਹੀਂ ਚੱਲਿਆ, ਮੈਂ ਤਾਂ ਬੋਲੀ ਗਿਆ ਸੀਗਾ। ਅੱਛਾ ਸਰ, ਮੈਂ ਕਹਿਣਾ ਚਾਹੁੰਦਾ ਸੀਗਾ ਕਿ ਭਾਜਪਾ ਨੂੰ ਸਵਾਤੀ ਮਾਲੀਵਾਲ ਦਾ ਤਾਂ ਬੜਾ ਫਿਕਰ ਹੈਗਾ ਹੈ, ਪਰ ਇਹਨਾਂ ਦੇ MP ਰਵੰਨਾ ਨੇ ਜੋ ਕੁਛ ਕੀਤਾ ਉਸ ਬਾਰੇ ਇੱਕ ਸ਼ਬਦ ਨਹੀਂ ਬੋਲਦੇ, ਜਾਂ ਮਣੀਪੁਰ 'ਚ ਜਿਹੜੇ ਇਹਨਾਂ ਦੇ ਲੋਕਾਂ ਨੇ ਕੀਤਾ ਉਸ ਬਾਰੇ ਇੱਕ ਸ਼ਬਦ ਨਹੀਂ ਬੋਲਦੇ, ਜਾਂ ਸਾਡੀਆਂ ਪਹਿਲਵਾਨ ਧੀਆਂ ਦੇ ਨਾਲ ਇਹਨਾਂ ਨੇ ਜੋ ਕੁਛ ਕੀਤਾ ਉਸ ਬਾਰੇ ਨਹੀਂ ਬੋਲਦੇ, ਔਰ ਬਿਲਕੁਲ ਸਬਾਨੂ ਦੇ ਕਾਤਲਾਂ ਤੇ ਬਲਾਤਕਾਰੀਆਂ ਦੇ ਬਾਰੇ ਇੱਕ ਸ਼ਬਦ ਨਹੀਂ ਬੋਲਦੇ। ਔਰ ਮੈਨੂੰ ਲੱਗਦਾ ਹੈ ਕਿ ਭਾਜਪਾ ਵੱਲੋਂ ਕੋਈ ਪੁੜੀ ਪਹੁੰਚੀ ਹੈ ਖਹਿਰਾ ਸਾਹਿਬ ਨੂੰ, ਜਿਹੜਾ ਇਹ ਭਾਜਪਾ ਦੀ ਤਰ੍ਹਾਂ ਉਸ ਪੋਲਰਾਈਜੇਸ਼ਨ ਦੀ ਪੋਲੀਟਿਕਸ ਜਿਹੜੀ ਹੈ ਉਹ ਟਰਾਈ ਕਰ ਰਹੇ ਹੈਗੇ ਹੈ, ਜਿਹੜੀ ਕਿ ਬਹੁਤ ਹੀ ਨਿੰਦਣਯੋਗ ਹੈ। ਕੋਈ ਵੀ ਜ਼ਿੰਮੇਵਾਰ ਲੀਡਰ ਹੈ ਉਸਨੂੰ ਇਹੋ ਜਿਹੀ ਗੱਲ ਨਹੀਂ ਕਰਨੀ ਚਾਹੀਦੀ, ਨਿਆਏ ਸੰਗਤ ਗੱਲ ਕਰਨੀ ਚਾਹੀਦੀ ਹੈ, ਸੰਵਿਧਾਨ ਸੰਗਤ ਗੱਲ ਕਰਨੀ ਚਾਹੀਦੀ ਹੈ। ਔਰ ਸਾਡੇ ਪੰਜਾਬੀ ਜਿਹੜੇ ਹੈ ਦੇਖੋ ਉਹ ਵੀ ਤਾਂ ਬਾਹਰ ਜਾ ਕੇ ਵੱਸ ਰਹੇ ਹਨ, ਜੇ ਇਹੋ ਜਿਹੇ ਕਾਨੂੰਨ ਉਹਨਾਂ ਤੇ ਲਾਗੂ ਹੋ ਜਾਣ ਤਾਂ ਸਾਡੇ ਦਿਲ ਤੇ ਕੀ ਬੀਤੇਗੀ। ਔਰ ਸਾਡੇ ਜਿਹੜੇ ਪ੍ਰਵਾਸੀ ਵੀਰ ਹੈਗੇ ਹੈ ਉਹ ਸਾਡੇ ਪੰਜਾਬ ਦੀ ਜ਼ਰੂਰਤ ਹੈ ਅੱਜ, ਉਹਨਾਂ ਤੋਂ ਬਿਨਾਂ ਸਾਡੀ ਇਕਾਨਮੀ ਨਹੀਂ ਚੱਲ ਸਕਦੀ, ਔਰ ਉਹਨਾਂ ਨੂੰ ਇਹਨਾਂ ਹੱਕਾਂ ਤੋਂ ਮਹਿਰੂਮ ਕਰਨਾ ਜਿਹੜਾ ਹੈ ਇਨਸਾਨੀਅਤ ਦੇ ਖਿਲਾਫ ਹੋਏਗਾ। ਔਰ ਸਰ ਇਹਦਾ ਸਾਡੀ ਇਕਾਨਮੀ ਤੇ ਬੜਾ ਵੱਡਾ ਅਸਰ ਹੋਏਗਾ, ਕਿਉਂਕਿ ਤੁਹਾਡੇ ਆਪਣੇ ਬੱਚੇ ਤਾਂ ਬਾਹਰ ਜਾ ਰਹੇ ਹੈਗੇ ਆ, ਖਰੀਦਣ ਵਾਲਾ ਕਿਹੜਾ ਰਹਿ ਜਾਏਗਾ ਫਿਰ ਇੱਥੇ, ਤੁਹਾਡੇ ਲੈਂਡ ਦੇ ਪ੍ਰਾਈਸਿਸ ਜਿਹੜੇ ਨੇ ਭੁੰਜੇ ਗਿਰਨਗੇ ਪੂਰੀ ਤਰ੍ਹਾਂ। ਸੋ ਇਹ ਸਟੇਟਮੈਂਟ ਜਿਹੜੀ ਹੈ ਖਹਿਰਾ ਸਾਹਿਬ ਦੀ ਬਹੁਤ ਹੀ ਨਿੰਦਣਯੋਗ ਹੈ, ਪੰਜਾਬ ਦੇ ਹਿੱਤਾਂ ਦੇ ਖਿਲਾਫ ਹੈ, ਔਰ ਮੈਂ ਇਹਦੀ ਪੁਰਜ਼ੋਰ ਨਿੰਦਾ ਕਰਦਾ। ਜੀ ਜੀ, ਜਿਹੜੀ ਗੱਲ ਤੁਸੀਂ ਕੀਤੀ ਹੈ ਮਲਹੋਤਰਾ ਸਾਹਿਬ, ਜਦੋਂ ਚਰਨਜੀਤ ਚੰਨੀ ਨੇ 22 ਦੇ ਵਿੱਚ ਸਟੇਟਮੈਂਟ ਦਿੱਤੀ ਸੀ ਨਾ ਭਈਆਂ ਕਹਿ ਕੇ, ਤਾਂ ਉਹਦਾ ਜਿਹੜਾ ਰਿਟੈਲੀਏਸ਼ਨ ਜਾਂ ਰਿਐਕਸ਼ਨ ਦੇਖਣ ਨੂੰ ਮਿਲਿਆ ਸੀ, ਪਟਨਾ 'ਚ ਉਹਨਾਂ ਦੇ ਖਿਲਾਫ਼ ਕੇਸ ਦਰਜ ਹੋਇਆ ਸੀ। ਸੋ ਇਹ ਜਿਹੜਾ ਹੈ ਨਾ ਇਸ ਤਰ੍ਹਾਂ ਹੁੰਦਾ, ਤੇ ਉਦੋਂ ਬਾਅਦ ਉਹਦਾ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤੇ ਉਹਦਾ ਰਿਐਕਸ਼ਨ ਹੁੰਦਾ। ਇਹ ਸਾਡੇ ਦੇਸ਼ ਦੇ ਵਿੱਚ ਜਿਹੜਾ ਇਹ ਚੱਲ ਰਿਹਾ, ਤੇ ਬਚਣ ਦੀ ਤਾਂ ਲੋੜ ਹੈ, ਆਪਾਂ ਤਾਂ ਸਾਰੇ ਹੀ ਕਹਿੰਦੇ ਵੀ ਇਹ ਨਹੀਂ ਹੋਣਾ ਚਾਹੀਦਾ, ਸੰਵਿਧਾਨ ਮੁਤਾਬਕ ਹੋਣਾ ਚਾਹੀਦਾ, ਪਰ ਅਨਫਾਰਚੁਨੇਟਲੀ ਹੋ ਰਿਹਾ। ਲੇਕਿਨ ਇਹ ਗੱਲ ਵੀ ਠੀਕ ਹੈ ਕਿ ਪੰਜਾਬ ਨੂੰ ਪੰਜਾਬੀਅਤ ਜਾਂ ਪੰਜਾਬ ਨੂੰ ਬਚਾਉਣ ਦੀ ਲੋੜ ਹੈ, ਪਰ ਇਹ ਨਹੀਂ ਕਿ ਦੂਸਰੇ ਦੇ ਸਿਰ ਪੜ ਕੇ। ਹੁਣ ਤੁਸੀਂ ਜਦੋਂ ਕਹੋਗੇ ਪੰਜਾਬ ਨਸ਼ੇੜੀ ਬਣ ਗਿਆ, ਉੜਤਾ ਪੰਜਾਬ ਬਣ ਗਿਆ, ਇਹ ਵੀ ਬਾਹਰੋਂ ਆ ਕੇ ਲੋਕਾਂ ਨੇ ਕਰਤਾ। ਜਦੋਂ ਆਪਾਂ ਇਹ ਗੱਲ ਕਰਦੇ ਹਾਂ ਉਦੋਂ ਵੀ ਤਾਂ ਦੇਖਣਾ ਪਏਗਾ ਕਿਹਨੇ ਕੀਤਾ, ਕਿਵੇਂ ਹੋਇਆ, ਸਾਡੇ ਬੱਚੇ ਨੇ ਕਿਉਂ ਸਾਡੇ ਹੱਥੋਂ ਨਿਕਲੇ ਨੇ। ਤੋ ਬਹੁਤ ਸਾਰੇ ਸਵਾਲ ਨੇ, ਅੱਜ ਤਾਂ ਅਸੀਂ ਕੋਈ ਸਵਾਲ ਤੇ ਗੱਲ ਕਰ ਰਹੇ ਸੀ ਕਿ ਗੈਰ ਪੰਜਾਬੀਆਂ ਨੂੰ ਜਿਹੜਾ ਹੈ ਇੱਥੋਂ ਜ਼ਮੀਨ ਜਾਇਦਾਦ ਦੇ ਮਾਮਲੇ ਦੇ ਵਿੱਚ ਕਾਨੂੰਨ ਦੀ ਗੱਲ ਹੋ ਸਕਦੀ ਹੈ ਜਿਵੇਂ ਬਾਕੀ ਸਟੇਟਾਂ 'ਚ ਹੋਈ ਹੈ। ਜੋ ਇਹਦੇ ਬਾਰੇ ਮੇਰਾ ਖਿਆਲ ਸਾਰੇ ਸਹਿਮਤ ਨੇ ਕਿ ਜਿਹੜਾ ਪ੍ਰਵਾਸੀ ਇੱਥੇ ਮਜ਼ਦੂਰ ਕੰਮ ਕਰਨ ਆਉਂਦਾ ਹੈ ਉਹਨੂੰ ਤਾਂ ਕੋਈ ਵੀ ਰੋਕਣ ਨੂੰ ਤਿਆਰ ਨਹੀਂ। ਉਹ ਤਾਂ ਪੰਜਾਬ, ਅੱਜ ਕੱਲ੍ਹ ਤਾਂ ਪੰਜਾਬ ਦੀ ਰੀੜੀ ਹੱਡੀ ਕਹਿ ਲਓ, ਖਾਸ ਤੌਰ ਤੇ ਝੋਨੇ ਦੇ ਸੀਜ਼ਨ 'ਚ। ਖੈਰ, ਕੰਕਲੂਡਿੰਗ ਰਿਮਾਰਕਸ ਲਈ ਸਤਪਾਲ ਸਿੰਘ ਸਿੱਧੂ ਸਾਹਿਬ। ਵਾਲੀਆ ਸਾਹਿਬ, ਗੱਲ ਇਹ ਹੈ ਕਿ ਮੈਨੂੰ ਮੇਰੇ ਵੀਰ ਬੋਲ ਰਹੇ ਸੀ ਇਹ ਵੀ ਇਹਨਾਂ ਦੀ ਆਪਸੀ ਦੀ ਸੀਟਾਂ ਦੀ ਗੱਲ ਹੈ। ਇੱਕ ਬਿਆਨ ਦੇ ਵਿੱਚੋਂ ਮੇਰੇ ਬੈਠੇ ਬੈਠੇ ਦਿਮਾਗ 'ਚ ਆਈ, ਇਹ ਬਿਆਨ ਜਿਹੜਾ ਇਹਨਾਂ ਦੀ ਆਪਸੀ ਦੀ ਖਹਿਬਾਜ਼ੀ ਜਿਹੜੀ ਅੰਦਰੋਂ ਅੰਦਰੀ ਚੱਲ ਰਹੀ ਹੈ ਕਾਂਗਰਸ ਦੀ, ਕਿਤੇ ਉਹਦਾ ਨਤੀਜਾ ਤਾਂ ਨਹੀਂ ਹੈ? ਕਿਉਂਕਿ ਜਿਹੜੀ ਬਹੁਤੀ ਪ੍ਰਵਾਸੀਆਂ ਦੀ ਵੋਟ ਹੈ ਉਹ ਪ੍ਰਵਾਸੀਆਂ ਦੀ ਵੋਟ ਜ਼ਿਆਦਾ ਹੈਗੀ ਹੈ ਲੁਧਿਆਣੇ 'ਚ,
ਤੇ ਜਿਵੇਂ ਦੱਸਿਆ ਕਹਿ ਮੇਰੇ ਕੋਲ ਇੱਕ ਬੁਲਾਰਾ ਕਹਿ ਰਿਹਾ ਸੀ ਵੀ ਗੋਲਡੀ ਜਿਹੜਾ ਹੈ ਉਹਨੂੰ ਇੱਕ ਮਤਲਬ ਸਕੀਮ ਦੇ ਥੱਲੇ ਉੱਧਰ ਭੇਜਿਆ ਗਿਆ ਤੇ ਉਸ ਕਰਕੇ ਵੋਟਾਂ ਦਾ ਫਰਕ ਹੈ ਤੇ ਖਹਿਰੇ ਨੇ ਸੋਚਿਆ ਹੋਵੇ ਚਲੋ ਮੈਂ ਏਦਾਂ ਦਾ ਕੋਈ ਬਿਆਨ ਦੇਵਾਂ ਤੇ ਉਹਦੇ ਨਾਲ ਉੱਥੇ ਇੰਪੈਕਟ ਪਊਗਾ, ਨੈਚੁਰਲੀ ਪਊਗਾ, ਲੁਧਿਆਣੇ ਚ ਜਾਣਾ ਪਊਗਾ। ਮੈਂ ਨੀ ਕਹਿੰਦਾ ਵੀ ਬਾਕੀ ਜਗ੍ਹਾ ਤੇ ਨਹੀਂ ਪਊਗਾ, ਪਰ ਲੁਧਿਆਣੇ ਜਾਣਾ ਪਊਗਾ, ਇਸ ਗੱਲ ਦਾ ਇੰਪੈਕਟ ਜ਼ਿਆਦਾ ਪੈਣ ਦੀ ਉਮੀਦ ਹੈ। ਔਰ ਇਸੇ ਕਰਕੇ ਹੀ ਸਭ ਤੋਂ ਪਹਿਲਾਂ ਰਿਐਕਟ ਜਿਹੜਾ ਕੀਤਾ ਉਹ ਚਾਹੇ ਪ੍ਰਧਾਨ ਦੇ ਨਾਤੇ ਵੀ ਕਰਨਾ ਪੜਦਾ ਸੀ ਉਹਨਾਂ ਦਾ, ਲੇਕਿਨ ਉਹਨਾਂ ਨੂੰ ਉਹਨਾਂ ਦੀ ਸੀਟ ਦੇ ਉੱਤੇ ਜ਼ਿਆਦਾ ਇੰਪੋਰਟੈਂਸ ਹੈਗੀ ਇਸ ਗੱਲ ਦੀ ਕਿ ਏਦਾਂ ਦੇ ਬਿਆਨ ਜਿਹੜੇ ਉਹਨਾਂ ਨੂੰ ਜ਼ਿਆਦਾ ਅਫੈਕਟ ਕਰਦੇ। ਅਗਲੀ ਗੱਲ ਵਾਲੇ ਸਾਹਿਬ ਇਹ ਹੈ ਵੀ ਏਦਾਂ ਦੇ ਬਿਆਨ ਜਿਹੜੇ ਨੇ ਪਿਛਲੇ ਸਮਿਆਂ ਦੇ ਵਿੱਚ ਵੀ ਆਉਂਦੇ ਰਹੇ ਨੇ, ਵੱਖ ਵੱਖ ਬੁਲਾਰੇ ਕਰਦੇ ਰਹੇ ਨੇ। ਜੇ ਤੁਸੀਂ ਹੋਰਾਂ ਬੁਲਾਰਿਆਂ ਦੇ ਬਾਰੇ ਵੀ ਦੇਖੋਗੇ ਤਾਂ ਬਹੁਤ ਸਾਰੇ ਲੋਕ ਬੋਲੇ ਨੇ ਇਸ ਗੱਲ ਦੇ ਉੱਤੇ। ਸਾਡੇ ਕਈ ਬੁੱਧੀਜੀਵੀ ਵੀ ਜਿਹੜੇ ਕਹਿੰਦੇ ਨੇ ਆਪਣੇ ਆਪ ਨੂੰ, ਉਹਨਾਂ ਨੇ ਵੀ ਕਈ ਵਾਰੀ ਇਹਨਾਂ ਮਸਲਿਆਂ ਨੂੰ ਉਠਾਇਆ। ਮੈਂ ਸਾਰੇ ਵੱਖ ਵੱਖ ਬੁੱਧੀਜੀਵੀਆਂ ਦੇ ਨਾਂ ਨਹੀਂ ਲੈਣਾ ਚਾਹੂੰਗਾ। ਬੜੇ ਵਾਰੀ ਇਹ ਸਾਡੇ ਬੁੱਧੀਜੀਵ ਕਹਾਉਂਦੇ ਨੇ ਜਾਂ ਇਹ ਕਹਿ ਲਓ ਜਿਹੜੇ ਬੁੱਧੀਜੀਵ ਹੈਗੇ ਨੇ ਉਹ ਇਹ ਸਵਾਲ ਉਠਾਉਂਦੇ ਰਹੇ ਨੇ, ਵਾਰੀ ਵਾਰੀ ਉੱਠਦਾ ਰਿਹਾ। ਇਹ ਚ ਕੋਈ ਸ਼ੱਕ ਨਹੀਂ ਕਿ ਕਾਨੂੰਨ ਜਿਹੜਾ ਹੈ ਉਹ ਘੱਟੋ ਘੱਟ ਜਿਹੜਾ ਲੈਂਡ ਪਰਚੇਜ ਵਾਲੀ ਗੱਲ ਹੈਗੀ ਹੈ, ਜੇ ਬਾਕੀ ਸਟੇਟਾਂ ਬਣਾ ਸਕਦੇ, ਸਾਡੇ ਬਣਾਉਣ ਦਾ ਕੋਈ ਡਰ ਨਹੀਂ ਹੈ, ਕਾਨੂੰਨ ਬਣਾਉਣਾ ਚਾਹੀਦਾ, ਲੇਕਿਨ ਉਹਦੀ ਕੋਈ ਲਿਮਿਟ ਹੋਣੀ ਚਾਹੀਦੀ ਹੈ। ਇਹ ਨਹੀਂ ਵੀ ਇਕੱਲਾ ਇਸ ਵਾਸਤੇ ਬਣਾਇਆ ਜਾਵੇ ਕਿ ਕਿਸੇ ਬਾਹਰੋਂ ਜਿਹੜਾ ਕੋਈ ਬੰਦਾ ਆਉਂਦਾ ਉਹਨੂੰ ਰਿਹਾਇਸ਼ ਤੋਂ ਵੀ ਰੋਕ ਦਿੱਤਾ ਜਾਵੇ। ਏਦਾਂ ਦੀ ਗੱਲ ਕਿਸੇ ਸਟੇਟ ਨੇ ਵੀ ਨਹੀਂ ਕੀਤੀ ਰਿਹਾਇਸ਼ ਤੋਂ ਰੋਕਣ ਵਾਲੀ, ਲੇਕਿਨ ਜਿੱਥੋਂ ਤੱਕ ਜੇ ਉੱਥੇ ਰਹਿੰਦਾ ਉਹ ਪਰਮਾਨੈਂਟਲੀ ਰਹਿੰਦਾ ਉਹਦੀ ਵੋਟ ਦਾ ਵੀ ਹੱਕ ਹੈ ਉਹਨੂੰ, ਉੱਥੇ ਉਹਨੂੰ ਵੋਟ ਦਾ ਹੱਕ ਵੀ ਮਿਲਣਾ ਚਾਹੀਦਾ, ਕਿਉਂਕਿ ਜੋ 5 ਸਾਲ ਤੋਂ ਜਾਂ 7 ਸਾਲ ਤੋਂ ਲਗਾਤਾਰ ਰਹਿ ਰਿਹਾ ਉਹਦੇ ਵੋਟ ਦੇ ਹੱਕ ਨੂੰ ਤੁਸੀਂ ਕਿਵੇਂ ਡਰਾਈ ਕਰ ਸਕਦੇ ਹੋ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਅਸਲ ਵਿੱਚ ਪੋਲੀਟੀਕਲ ਬੰਦੇ ਜਿਹੜੇ ਨੇ ਉਹ ਆਪਦੇ ਜਿਵੇਂ ਉਹਨਾਂ ਨੂੰ ਚੰਗਾ ਲੱਗਦਾ, ਜਿਵੇਂ ਉਹਨਾਂ ਨੂੰ ਜਿੱਥੋਂ ਫਾਇਦਾ ਲੱਗਦਾ ਉਸ ਹਿਸਾਬ ਨਾਲ ਸਟੇਟਮੈਂਟਾਂ ਨੂੰ ਦਾਗਦੇ ਰਹਿੰਦੇ ਨੇ, ਕਦੇ ਪਿੱਛੇ ਹਟ ਜਾਂਦੇ ਨੇ, ਕਦੇ ਅੱਗੇ ਵੱਧ ਜਾਂਦੇ ਨੇ। ਇਹ ਗੱਲ ਇਕੱਲੇ ਮੈਂ ਜੇ ਕਹਾਂ ਕਿ ਖਹਿਰੇ ਤੇ ਲਾਗੂ ਹੁੰਦੀ ਹੈ ਜਾਂ ਕਾਂਗਰਸ ਤੇ ਲਾਗੂ ਹੁੰਦੀ ਹੈ, ਸਾਰਿਆਂ ਤੇ ਲਾਗੂ ਹੁੰਦੀ ਹੈ। ਇਹ ਕਦੇ ਕੋਈ ਸਟੇਟਮੈਂਟ ਦੇ ਕੇ ਅੱਗੇ ਨੂੰ ਵੱਧਦੇ ਨੇ, ਫਿਰ ਪਿਛਾਂਹ ਨੂੰ ਹਟਦੇ ਨੇ। ਇਹਨਾਂ ਦਾ ਮਤਲਬ ਨਰਦਾਂ ਨੂੰ ਅੱਗੇ ਪਿੱਛੇ ਕਰਕੇ ਜਿੱਤਣ ਦਾ ਮਤਲਬ ਹੁੰਦਾ ਕਿ ਆਹ ਨਰਦ ਨੂੰ ਇੱਥੇ ਚਲਾ ਕੇ ਦੇਖੋ ਕੀ ਰਿਐਕਟ ਹੁੰਦਾ, ਫਿਰ ਪਿੱਛੇ ਹਟ ਜਾਓ, ਜੇ ਪਿੱਛੇ ਨਾ ਹਟੋ ਫਿਰ ਦੂਜੀ ਨਰਦ ਨੂੰ ਚੱਲ ਕੇ ਦੇਖ ਲਓ। ਇਹ ਬਿਲਕੁਲ ਉਸ ਤਰ੍ਹਾਂ ਚੈਸ ਦੇ ਖਿਡਾਰੀਆਂ ਨੂੰ ਇਹ ਇੱਕ ਦੂਜੇ ਦੇ ਬਿਆਨਾਂ ਨੂੰ ਏਦਾਂ ਚਲਾਉਂਦੇ ਨੇ ਔਰ ਉਹਦੇ ਚੋਂ ਕੁਛ ਨਾ ਕੁਛ ਫਾਇਦਾ ਖੱਟਣ ਦੀ ਕੋਸ਼ਿਸ਼ ਕਰਦੇ ਨੇ। ਇਹ ਵੀ ਮੈਨੂੰ ਇਹ ਜਾਪਦਾ ਹੈ ਕਿ ਦੋਨੋਂ ਬਿਆਨ, ਪਹਿਲਾ ਬਿਆਨ ਦੇਣਾ ਫਿਰ ਕਹਿਣਾ ਵੀ ਮੈਂ ਬਿਆਨ ਮੇਰੇ ਇਸ ਪ੍ਰਪੇਸ਼ ਦੇ ਵਿੱਚ ਨਹੀਂ ਸੀਗਾ, ਇਹ ਬਿਲਕੁਲ ਉਸ ਤਰ੍ਹਾਂ ਦੀ ਸਟ੍ਰੈਟਜੀ ਹੈ। ਇਹ ਇੱਕ ਵਾਰੀ ਕਹਿ ਦਿਓ, ਦੂਜੇ ਵਾਰੀ ਕੁਛ ਕਹਿ ਦਿਓ। ਇਹ ਸਿੱਧੂ ਸਾਹਿਬ ਜਿਹੜੀ ਗੱਲ ਘੱਟੋ ਘੱਟ ਜੋ ਤੁਸੀਂ ਕਹਿ ਰਹੇ ਹੋ ਜਾਂ ਨਾਰੰਗ ਸਾਹਿਬ ਨੇ ਕਹੀ ਹੈ ਉਹਦੇ ਨਾਲ ਇਸ ਕਰਕੇ ਸ਼ਾਇਦ ਸਹਿਮਤ ਨਾ ਹੋਇਆ ਜਾ ਸਕੇ ਕਿਉਂਕਿ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਪਿਛਲੀ ਵਾਰ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇਹ ਗੱਲ ਪਹਿਲਾਂ ਵੀ ਉਠਾਈ ਹੋਈ ਹੈ ਕਿ ਆਪਾਂ ਨੂੰ ਇੱਕ ਵਿਸ਼ੇਸ਼ ਕਾਨੂੰਨ ਬਣਾ ਲੈਣਾ ਚਾਹੀਦਾ ਹੈ ਇਸ ਮਾਮਲੇ ਚ, ਜਿਵੇਂ ਹਿਮਾਚਲ ਚ ਬਣਿਆ ਉਸੇ ਤਰਜ ਦੇ। ਇਹ ਤਾਂ ਲੱਗਦਾ ਕਿ ਇੱਦਾਂ ਦੀ ਕੋਈ ਇਸ ਤਰ੍ਹਾਂ ਦੀ ਮੈਲਾਫਾਈਡ ਇੰਟੈਂਸ਼ਨ ਨਹੀਂ ਕਿ ਉਹਨੂੰ ਡੈਮੇਜ ਕੀਤਾ ਜਾਵੇ ਰਾਜਾ ਬ੍ਰਿਗ ਨੂੰ, ਕਿਉਂਕਿ ਉਸ ਵੇਲੇ ਤਾਂ ਪਤਾ ਹੀ ਨਹੀਂ ਸੀ ਸਿਚੁਏਸ਼ਨ ਇਹੋ ਜਿਹੀ ਹੋਣੀ ਹੈ ਜਦੋਂ ਦੀ ਇਹ ਗੱਲ ਹੈ, ਜਦੋਂ ਦੀ ਕਾਂਗਰਸ ਦੇ ਦੀ ਸਰਕਾਰ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ। ਖੈਰ ਇਹ ਗੱਲ ਮੈਂ ਇਸ ਕਰਕੇ ਕਹਿਣਾ ਹੈ, ਉਹਨਾਂ ਨੇ ਵੀ ਕਿਹਾ, ਮੇਰੇ ਯਾਦ ਵੀ ਹੈ ਇਹਨਾਂ ਨੇ ਪਹਿਲਾਂ ਵੀ ਗੱਲ ਕੀਤੀ ਸੀ। ਜਿਹੜੀ ਸਿੱਧੂ ਸਾਹਿਬ ਤੁਸੀਂ ਗੱਲ ਕਹਿ ਰਹੇ ਹੋ ਕਿ ਬਹੁਤ ਸਾਰੇ ਬੁੱਧੀਜੀਵੀਆਂ ਨੇ ਤੇ ਹੋਰਾਂ ਨੇ, ਬਿਲਕੁਲ ਸਹੀ ਗੱਲ ਕੀਤੀ ਹੈ। ਔਰ ਪੰਜਾਬ ਦੇ ਇੱਕ ਵੱਡੇ ਲੇਖਕ ਨੇ ਵੀ ਇਹ ਗੱਲ ਬਹੁਤ ਜ਼ੋਰਦਾਰ ਢੰਗ ਨਾਲ ਉਠਾਈ ਸੀ, ਸਰਦਾਰ ਜਸਵੰਤ ਸਿੰਘ ਕੰਵਲ ਨੇ, ਕਿ ਇਹ ਜਿਹੜੇ ਪ੍ਰਵਾਸੀ ਨੇ ਪੰਜਾਬ ਨੂੰ ਖਰਾਬ ਕਰ ਰਹੇ ਨੇ, ਇਹਨਾਂ ਨੂੰ ਜਾਣਾ ਚਾਹੀਦਾ। ਸੋ ਇਹ ਸਮੇਂ ਸਮੇਂ ਤੇ ਇਸ ਤਰ੍ਹਾਂ ਦੀਆਂ ਗੱਲਾਂ ਉੱਠਦੀਆਂ ਨੇ, ਖਾਸ ਤੌਰ ਤੇ ਜਦੋਂ ਜਿਹੜੇ ਲੋਕ, ਮੈਂ ਅੱਜ ਉਹ ਵਿਸ਼ਾ ਨਹੀਂ
ਕਿ ਜਿਹੜੇ ਲੋਕ ਇਹ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਸਿੱਖੀ ਦਾ ਪ੍ਰਚਾਰ ਹੋਵੇ, ਪ੍ਰਚਾਰ ਕਰ ਲਈ SGPC ਹੈਗੀ ਹੈ ਉਹਦਾ, ਜਾਂ ਹੋਰ ਬੜੀਆਂ ਸੰਸਥਾਵਾਂ, ਹੋਰ ਇੰਨੇ ਡੇਰੇ ਬਣੇ ਹੋਏ ਨੇ ਪੰਜਾਬ ਚ, ਇੰਨੇ ਸੰਤ ਨੇ, ਉਹਨਾਂ ਦਾ ਕੰਮ ਉਹ ਸਿਰਫ ਇਹਨਾਂ ਦੇ ਸਿਰ ਤੇ ਚੋਟ ਕਰਕੇ ਉਹ ਵੀ ਪੰਜਾਬ ਦਾ ਸੱਭਿਆਚਾਰ ਖਰਾਬ ਹੋ ਰਿਹਾ ਹੈ। ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਨੇ, ਅੱਜ ਸਿਰਫ ਇੰਨੀ ਗੱਲ ਆਪਾਂ ਕਰਨੀ ਸੀ। ਉਹ ਚ ਜੋ ਕੁਛ ਵੀ ਤੁਹਾਡੇ ਸਾਹਮਣੇ ਜਿੰਨਾ ਕੁ ਵੀ ਲਿਖ ਰਿਹਾ ਹੈ ਉਹ ਉਹਦੇ ਮੁਤਾਬਕ ਤੁਸੀਂ ਅੱਗੇ ਬਹਿਸ ਤੋਰ ਸਕਦੇ ਹੋ। ਅਸੀਂ ਲਗਾਤਾਰ ਗੱਲ ਕਰਦੇ ਰਹਾਂਗੇ। ਹੁਣ ਤਾਂ ਵਕਤ ਇੰਨਾ ਕੀ ਹੈ ਕਿ ਆਏ ਪੈਨਲਿਸਟਾਂ ਦਾ ਧੰਨਵਾਦ ਕਰੀਏ। ਸਤਪਾਲ ਸਿੱਧੂ ਸਾਹਿਬ, ਕੇਐਸ ਬਿਠਾਰੂ ਸਾਹਿਬ, ਵਿਨੋਦ ਭਾਰਤੀ ਜੀ, ਰਾਕੇਸ਼ ਨਾਰੰਗ ਸਾਹਿਬ ਔਰ ਮੇਜਰ ਮਲਹੋਤਰਾ ਜੀ, ਤੁਹਾਡੇ ਸਭ ਤੋਂ ਬਹੁਤ ਬਹੁਤ ਧੰਨਵਾਦ। ਪਿਆਰੇ ਦਰਸ਼ਕੋ, ਤੁਹਾਡਾ ਧੰਨਵਾਦ ਹਮੇਸ਼ਾ ਇਸ ਲਈ ਹੁੰਦਾ ਹੈ ਕਿ ਤੁਸੀਂ ਸਾਡੀ ਇਸ ਚਰਚਾ ਨੂੰ ਸੱਤਾ ਦੀ ਚਰਚਾ ਬਣਾਉਣੀ, ਅੱਜ ਵੀ ਬਣਾਉਂਗੇ। ਬਹੁਤ ਬਹੁਤ ਸ਼ੁਕਰੀਆ। ਚਰਚਾ।